हरजीत नागरे की बुक्कल दे विच सिर सट के बब्बू मान पिया। वो फिर मैं राम नूं फोन लाया तो मैं कह बब्बू नूं फड़ा फोन। PTC चैनल वालिया ने बब्बू मान नूं अप्रोच किया भी तुहाडी इंटरव्यू करनी है। असी गमदूर अमन दे सरदून दे भरा दे भोग तो वापस आ रहे सी। अंतां दा मीह आ गया, इहदी पजैरो कार सीगी, उहदे च असी इकट्ठे ही गए सी, हरजीत नागरा, जगतार बौंदली, मैं। एक बार फरीदकोट मेले ते सीगा, ये भी मैनू बब्बू मान ने दस्या, कहिंदा वी मैं प्रोग्राम दे के बाहर नूं निकल रहा सी। ਉਹ ਇਹਦੇ ਨਾਲ ਹੀ ਉਹ ਜੁੜੀ ਹੋਈ ਗੱਲ ਆ, ਮੈਂ ਤਾਂ ਵੇਰਾ ਪਾ ਰਿਹਾ। ਹੁਣ ਉੱਥੇ ਜਦੋਂ ਕਹਿਣਾ ਆਉਂਦੇ ਉਹਨੂੰ ਕਹਿਣਾ ਵੀ ਰੋਟੀ ਲਿਆਈ ਸੜੀ ਹੋਈ, ਸਾੜ ਕੇ ਲਿਆਈ। ਇੱਕ ਮੈਨੂੰ ਯਾਦ ਆ, ਇੱਥੇ ਆ ਕੁਹਾੜੇ ਦੇ ਨੇੜੇ ਸੀਗਾ, ਸ਼ਾਇਦ ਬੁੱਢੇਵਾਲ ਟੂਰਨਾਮੈਂਟ ਸੀ, ਟੂਰਨਾਮੈਂਟ ਤੋਂ ਬਾਅਦ ਇਹਦਾ ਪ੍ਰੋਗਰਾਮ ਸੀ। ਬੋਲੇ ਬੋਲੇ ਤੋਬਾ ਤੋਬਾ ਕੱਠ। ਮੈਂ ਇਹਦੇ ਵਾਲੀ ਕਾਰ 'ਚ ਹੀ ਬੈਠਾ ਸੀ ਕਿਉਂਕਿ ਮੂਹਰਲੀ ਸੀਟ 'ਤੇ ਇਹਦੇ ਨਾਲ ਆਪ ਕਾਰ 'ਚ ਲਾ ਰਿਹਾ ਸੀ। ਫਿਰ ਸਟੇਜ 'ਤੇ ਜਾ ਕੇ ਜਦੋਂ ਇਹਨੇ ਕਿਹਾ ਸੀਸੀਆਂ ਲਾ ਲਈਆਂ, ਭਰੀਆਂ ਆਵਾਜ਼ਾਂ ਆ ਰਹੀਆਂ, ਹਾਂ ਲਾ ਲਈਆਂ, ਸੂਟੇ ਖਿੱਚ ਲਏ, ਹਾਂ ਖਿੱਚ ਲਏ, ਧਾਰਮਿਕ ਗੀਤ ਗਾਲਾਂ ਕਿ ਕਰੀਏ ਸ਼ੁਰੂ, ਨਹੀਂ ਸਿੱਧਾ ਹੀ ਆ ਜਾ। ਦੂਜਾ ਉਹਦੇ 'ਚ ਇੱਕ ਹੋਰ ਮੈਂ ਪੁੱਛਿਆ ਸੀਗਾ ਵੀ ਤੁਹਾਡੀ ਨਸ਼ਿਆਂ ਪੱਤਿਆਂ ਦੇ ਨਾਲ ਲੋਕ ਬਹੁਤ ਚਰਚਾ ਕਰਦੇ ਆ, ਅਤੇ ਵੀ ਇਹ ਤੁਸੀਂ ਆਪ ਹੀ ਦੱਸੋ ਇਹ ਨਸ਼ਿਆਂ ਪੱਤਿਆਂ ਵਾਲੇ ਮੂੰਹ ਦੇ ਉੱਤੇ ਸਿਰ ਦੇ ਉੱਤੇ ਉਹ ਜਿਵੇਂ ਭੇਸ ਜਿਹਾ ਬਦਲਾਉਣਾ ਹੁੰਦਾ, ਕੁਛ ਐਂ ਜਿਹਾ ਪਾਇਆ, ਮਫਲਰ ਜਿਹਾ ਟਾਈਪ, ਹਾਂ ਮਫਲਰ ਜਾਂ ਕੋਈ ਟੋਪੀ ਜਿਹੀ ਇੱਦਾਂ ਦੀ ਲਈ, ਅਤੇ ਦਵਾ ਦਵ ਨਿਕਲ ਕੇ ਜਾ ਕੇ ਇਹਨੇ ਐਨ ਫਿਲਮੀ ਸਟਾਈਲ 'ਚ ਇਹਨੇ ਇੱਕ ਕਾਰ ਦਾ ਦਰਵਾਜ਼ਾ ਖੜਕਾਇਆ, ਉਹਨੇ ਕਾਰ ਖੋਲੀ ਵਿੱਚ ਬਹਿ ਗਿਆ। ਹਰਜੀਤ ਨਾਗਰਾ ਦੀ ਅਤੇ ਬੱਬੂ ਮਾਨ ਦੀ ਬਹੁਤ ਦੋਸਤੀ ਸੀ, ਸੀ ਜੀ ਕਹਿਣਾ ਪੈਂਦਾ ਕਿਉਂਕਿ ਵਿੱਚ ਤਰੇੜਾਂ ਪੈ ਗਈਆਂ, ਦੂਰ ਦੂਰ ਹੋ ਗਏ। ਜਦੋਂ ਇਹਨਾਂ ਨੇ ਪੁਆਇੰਟ ਜ਼ੀਰੋ ਸ਼ੁਰੂ ਕੀਤੀ ਤਾਂ ਇੱਕ ਹਰਜੀਤ ਨਾਗਰਾ ਅਤੇ ਬੱਬੂ ਮਾਨ ਨੇ ਇੱਕ ਹੋਰ ਫੈਸਲਾ ਲਿਆ। ਉਹ ਸਟਰਗਲ ਪੀਰੀਅਡ ਚੱਲ ਰਿਹਾ ਸੀ ਵੀ ਬਣੇ ਕਿਵੇਂ ਬਣੇ, ਚਰਨਜੀਤ ਊਜਾ ਦਾ ਮਿਊਜ਼ਿਕ ਲਈਏ, ਕਹੁਦਾ ਲਈਏ, ਸਬੱਬ ਨਹੀਂ ਹੋ ਰਹੇ ਬਣ ਰਹੇ, ਤਾਂ ਤੂੰ ਜਿਹਦੇ ਨਾਲ ਵਿਆਹ ਕਰਾ ਰਹੀ ਆ ਉਹ ਤਾਂ ਪਤਾ ਤੈਨੂੰ ਬੱਬੂ ਮਾਨ ਦੇ ਗੀਤ ਹੁਣ ਸੁਣਾ ਸਕਦਾ, ਜਿਹੜੇ ਜੇ ਪਤਾ ਨਹੀਂ 2 ਮਹੀਨਿਆਂ ਨੂੰ ਆਉਣ ਕਿ 4 ਮਹੀਨਿਆਂ ਨੂੰ ਆਉਣ। ਉਹਨੇ ਕਿਤੇ ਆਪਦੀ ਟੌਹਰ ਬਣਾਉਣ ਲਈ ਆ, ਹੁਣ ਦੇ ਤਾਂ ਇਹਦੇ ਰੇਟ ਬਹੁਤ ਹਾਈ ਫਾਈ ਸੁਣਨ ਨੂੰ ਚਾਹੁੰਦੇ ਆ ਜੀ, ਅਤੇ ਉਦੋਂ ਇਹ ਮਤਲਬ 6-7 ਲੱਖ 'ਚ ਜਾਂਦਾ ਹੁੰਦਾ ਸੀ। ਹਿਸਾਬ ਕਿਤਾਬ ਜਿਹਾ ਹੁਣ ਲੱਗ ਗਿਆ ਵੀ ਕੀ ਖਰਚਾ ਹੋਇਆ, ਕੀ ਹੋਇਆ, ਸਾਊਂਡ ਵਾਲੇ ਦੇ ਨੂੰ ਕਿੰਨਾ ਦਿੱਤਾ, ਹੈਂ ਸਜਿੰਦਿਆਂ ਦੇ ਕਿੰਨੇ ਆ, ਫਲਾਨਾ ਅਤੇ ਮਕਾਓ ਕਰਦਿਆਂ, ਅਤੇ ਉਹ ਫਿਰ ਉੱਥੇ ਜਦੋਂ ਖਰਚਾ ਸੁਣਾਇਆ ਰਾਮ ਹੁਣਾਂ ਨੇ ਪਹਿਲਾਂ ਹੀ, ਸਭ ਤੋਂ ਪਹਿਲੇ ਜਿਹੜੀ ਜਿਹੜੀ ਪਹਿਲਾਂ ਦੱਸਣੀ ਚਾਹੀਦੀ ਸੀ ਮੈਂ ਹੁਣ ਦੱਸ ਰਿਹਾ। ਹਾਂਜੀ, ਜਦੋਂ ਸਾਡਾ ਤਾਜ਼ਾ ਤਾਜ਼ਾ ਵਾਹ ਪਿਆ ਨਾ, ਹਾਂਜੀ, ਕਦੇ ਇੱਧਰ ਕਦੇ ਉੱਧਰ, ਅਤੇ ਬੱਬੂ ਮਾਨ ਨੇ ਇਹਨਾਂ ਸਾਂਝੇ ਦੋਸਤਾਂ ਕੋਲੇ ਕਿਹਾ, ਹਰਜੀਤ ਨਾਗਰਾ ਕੋਲੇ, ਜਗਤਾਰ ਬੌਂਦਲੀ ਕੋਲੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਸੱਤੀ, ਤੁਸੀਂ ਵੇਖ ਰਹੇ ਹੋ ਚੈਨਲ ਸਤਰੰਗ ਅਤੇ ਬਾਪੂ ਦੇ ਕਿੱਸੇ ਸਤਰੰਗ ਪੋਡਕਾਸਟ ਸੀਰੀਜ਼, ਅਤੇ ਇੱਕ ਨਵੇਂ ਐਪੀਸੋਡ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ, ਅਤੇ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਸਾਰੇ ਐਪੀਸੋਡਸ ਨੂੰ, ਬਹੁਤ ਜ਼ਿਆਦਾ ਤੁਹਾਡਾ ਸਾਰਿਆਂ ਦਾ ਧੰਨਵਾਦ। ਅਤੇ ਇੱਕ ਵਾਰ ਫਿਰ ਮੇਰੇ ਨਾਲ ਬੈਠੇ ਨੇ ਸ਼ਮਸ਼ੇਰ ਸੰਧੂ ਸਾਹਿਬ, ਆਓ ਨਵੇਂ ਐਪੀਸੋਡ ਦੇ ਵਿੱਚ ਨਵੀਆਂ ਗੱਲਾਂ ਬਾਤਾਂ ਉਹਨਾਂ ਨਾਲ ਕਰਦੇ ਹਾਂ, ਸੋ ਸਵਾਗਤ ਕਰਦੇ ਹਾਂ ਸੰਧੂ ਸਾਹਿਬ ਦਾ। ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਹਾਂਜੀ, ਫਿਰ ਇੱਕ ਵਾਰ ਹਾਜ਼ਰ ਹਾਂ। ਕੀ ਹਾਲ ਚਾਲ ਹੈ ਸਿਹਤ? ਠੀਕ। ਸੋ ਫਾਈਨਲੀ ਅੱਜ ਮਤਲਬ ਕਿ ਸ਼ੂਟ ਆਪਣਾ ਸ਼ੁਰੂ ਹੋ ਗਿਆ, ਪਹਿਲਾਂ ਤਾਂ 2-3 ਦਿਨ ਡਿਲੇ ਹੋਇਆ ਤੇ ਅੱਜ ਕੁਝ ਰਿਕਾਵਟਾਂ ਆਈਆਂ ਹੈ ਨਾ, ਸੋ ਫਾਈਨਲੀ ਸ਼ੂਟ ਕਰਨ ਲੱਗੇ ਆ। ਚਲੋ ਉਹ ਕਿਹੜਾ ਸਾਹਮਣੇ ਆਉਣੀਆਂ, ਆਮ ਲੋਕਾਂ ਨੂੰ ਪਤਾ ਨਹੀਂ ਨਾ ਹੁੰਦਾ ਕਿੰਨੀ ਮਿਹਨਤ ਲੱਗਦੀ ਹੈ ਨਾ ਚੀਜ਼ਾਂ ਦੇ ਉੱਪਰ, ਹੈ ਨਾ, ਬਣਨ ਦੇ ਲਈ। ਖੈਰ ਗੱਲਾਂ ਬਾਤਾਂ ਜਿਹੜੀਆਂ ਹੁੰਦੀਆਂ ਉਹ ਤਾਂ ਨੋਰਮਲ ਹੁੰਦੀਆਂ ਆਪਣੀਆਂ ਜਿਹੜੀਆਂ ਚੱਲਦੀਆਂ, ਬਟ ਸ਼ੁਰੂ ਕਰਨ ਵਾਸਤੇ ਹੀ ਜਿਹੜੀ ਪਹਿਲਾਂ ਉਹਦੇ ਵਾਸਤੇ ਤਿਆਰੀ ਹੁੰਦੀ ਹੈ, ਜਿਹੜੀ ਟੀਮ ਲੱਗੀ ਹੋਈ ਹੁੰਦੀ ਹੈ, ਉਹ ਕਾਫੀ ਟਾਈਮ ਲੈ ਲੈਂਦੀ ਹੈ। ਕਈ ਵਾਰ ਤਾਂ ਇੱਕ ਹੋਰ ਵੀ ਲੱਗਦਾ ਹੁੰਦਾ ਵੀ ਜਿਹੜੇ ਟੌਪਿਕ 'ਤੇ ਆਪਾਂ ਗੱਲ ਕਰਨੀ ਹੁੰਦੀ ਹੈ, ਬੋਲਣਾ ਹੁੰਦਾ, ਉਹ 'ਚ ਹੁੰਦਾ ਵੀ ਕਿੱਥੋਂ ਕੁ ਸ਼ੁਰੂ ਕਰੀਏ, ਕਿੱਥੇ ਗੱਲ ਹੈ, ਪਹਿਲਾਂ ਔੜਦਾ ਨਹੀਂ, ਮੁੜ ਕੇ ਚੁੱਪ ਨਹੀਂ ਕਰਦੇ। ਸਹੀ ਗੱਲ ਹੈ, ਪਰ ਲੋਕ ਪਸੰਦ ਬਹੁਤ ਕਰਦੇ ਆ ਉਹ ਗੱਲਾਂ ਨੂੰ ਸਾਰੀਆਂ ਨੂੰ, ਅਤੇ ਉਹ ਜਿਹੜੀਆਂ ਗੱਲਾਂ ਨਾ ਲੋਕ ਕਹਿੰਦੇ ਕਿ ਹੋਰ ਐਪੀਸੋਡ, ਹੋਰ ਐਪੀਸੋਡ, ਹੋਰ ਨਵੀਂ ਗੱਲ, ਹੋਰ ਕਿਸੇ ਹੋਰ ਨਵੇਂ ਬਾਰੇ ਜਾਣਕਾਰੀ, ਹੈ ਨਾ, ਸੋ ਬੜਾ ਸਵਾਦ ਆਉਂਦਾ ਆਪ ਨੂੰ ਵੀ ਅਤੇ ਲੋਕਾਂ ਨੂੰ ਵੀ ਬੜਾ ਸਵਾਦ ਆਉਂਦਾ ਜਿਹੜੇ ਲੋਕ ਦੇਖਦੇ ਨੇ, ਹੈ ਨਾ। ਅਤੇ ਸੰਧੂ ਸਾਹਿਬ, ਜੇ ਮੈਂ ਗਲਤ ਨਾ ਹੋਵਾਂ, ਬਹੁਤ ਸਾਰੇ ਲੋਕ ਜਿਹੜੇ ਹੈਗੇ ਹੈ ਇਹ ਜਾਣਦੇ ਨੇ ਇੰਡਸਟਰੀ ਦੇ ਕਿ ਤੁਹਾਡਾ ਪਿਆਰ ਪੰਜਾਬ ਦੇ ਲਿਵਿੰਗ ਲੈਜੈਂਡ, ਪੰਜਾਬ ਦੇ ਮਾਨ ਬੱਬੂ ਮਾਨ, ਉਹਨਾਂ ਨਾਲ ਬਹੁਤ ਜ਼ਿਆਦਾ ਪਿਆਰ ਰਿਹਾ, ਕਿਉਂਕਿ ਪੁਆਇੰਟ ਜ਼ੀਰੋ ਜਿਹੜੀ ਉਹਨਾਂ ਦੀ ਕੰਪਨੀ ਸੀਗੀ ਉਹਨਾਂ ਨੇ ਖੋਲ੍ਹੀ, ਉਹਦੇ ਵਿੱਚ ਤੁਸੀਂ ਬੜੇ ਲੰਮੇ ਸਮਾਂ ਸਾਥ ਨਿਭਾਇਆ, ਹਰਜੀਤ ਨਾਗਰਾ ਜੀ ਤੁਸੀਂ ਹੋ ਗਏ, ਸੋ ਬੱਬੂ ਮਾਨ ਅਤੇ ਇਹ ਸਾਰੇ ਜਿਹੜੇ ਤੁਹਾਡੀ ਟੀਮ ਪੂਰੀ ਮਤਲਬ ਕਿ ਤੁਸੀਂ ਵਧੀਆ ਤਰੀਕੇ ਨਾਲ ਸਾਰਿਆਂ ਨੇ ਸਾਥ ਨਿਭਾਇਆ, ਹੈ ਨਾ, ਸੋ ਤੁਹਾਡਾ ਜਿਹੜਾ ਪਿਆਰ ਹੈ ਕਿ ਇੰਡਸਟਰੀ ਦੇ ਲੋਕਾਂ ਨੂੰ ਪਤਾ, ਬਟ ਆਮ ਲੋਕ ਬਹੁਤ ਘੱਟ ਜਾਣਦੇ ਇਸ ਗੱਲ ਬਾਰੇ, ਸੋ ਮੈਂ ਚਾਹੁੰਦਾ ਅੱਜ ਬੱਬੂ ਮਾਨ ਜੀ ਬਾਰੇ ਗੱਲਾਂ ਬਾਤਾਂ ਆਪਾਂ ਕਰੀਏ, ਸੋ ਉਹਨਾਂ ਨਾਲ ਤੁਹਾਡੀ ਜਿਹੜੀ ਸਾਂਝ ਸੀ ਉਹ ਕਿਵੇਂ ਪਈ ਸੀ, ਪਹਿਲੀ ਮੁਲਾਕਾਤ ਤੋਂ ਸ਼ੁਰੂ ਕਰਾਂਗੇ।
हाँ बस पहला ही जो मैं पहला पहले नू देखिया बबू मान नू उदों गौरव दी कैटर कंपनी दा ए सिंगर हुंदा सी जी उन्होंने ये दी और रिलीज की थी पहला जिदे च बहुत गाना चलिया सी पिंड पहरा लगदा राती मिलना ही वे जी आए जे थोड़ा बहुत मिलदे सीगे फिर वह करदे आ करांदे आ पता ही नहीं लग्या बई मैं इहनू कहना हुंना आम बई बबू मान मेरा दोस्त नहीं मेरे दोस्त आ हुण देखो हरजीत नागरा ते बबू मान दी बहुत दोस्ती है जी मेरी जिहड़ी दोस्ती आ ओह हरजीत नागरा आले रस्ते राही बबू मान नाल होई जी हुण जे पिछा नूं जाइए तां हरजीत नागरा नाल मेरी दोस्ती पई जगतार बौंदली जिहनूं पन्नू वैद वजों जाणिया जांदा जी ते जगतार नाल दोस्ती पई बई जगतार किसी वेले रोपड़ रहिंदा हुंदा सी ते बिंद रखीए नाल नेड़ता सी सो आ रूट जां उधरों इधर नूं चल लईए जी ते ओह जिहड़ी है पॉइंट जीरो दी तुसीं गल कीती आ उहदे च पहिलां मैं 7 साल बणाए टी सीरीज नाल प्रोग्राम न्यू ईयर बिल्कुल 4 साल विसाखी प्रोग्राम बनाए हाँ जी ते फिर इन्हां दा मूड बन गया हरजीत नागरा दा ते बबू मान दा वी आपां वी न्यू ईयर प्रोग्राम बनाईए सो उहदा टाइटल असीं रख्या सीगा आओ सारे नचिए 3 साल ओह प्रोग्राम तुसीं कीता ते असीं सारा ही ओह टीम सारा कुछ इकट्ठे हो जांदे हुंदे सी उस रूप दे विच जी ते पहले प्रोग्राम दा वीडियो डायरैक्टर साडा सीगा रविंदर रंगूवाल ते दूजा ते तीजा जिहड़े बनाए ओहदे विच अपने जस्सी भाजी डैडी ने कीता हाँ जी हाँ तुहाडे डैडी हुणां ने कीता फिर इन्होंने सारा संभालिया जी उन्हां विचों जे मतलब कि मैनूं याद है कि एक दे विच सीगा उच्चियां इमारतां दे सुपने ना देख गीत सीगा तेरे आशकां दी लाइन बड़ी लंबी ओहदी वीडियो नहीं बनाई सी बट ओह कैसेट दे विच सीगा गाणा बिल्कुल ते उस तो बाद फिर दूसरे दे विच इंटरव्यू कीती सी इंटरव्यू सी जी इंटरव्यू लंबी सी ओह की होया वी असीं इन्हां तिन्नां प्रोग्रामां दे विच वी जिहड़ा सीगा एक तां बबू मान नूं चलो पहले दे विच पा लिया सीगा ओहदा गीत बड़ा चलिया सीगा पहला सरदार हाँ हाँ जी बाकी गल्लां बाद च इहदे च असीं उदों लहमर हुसैनपुरी अपना इंद्रजीत निक्कू हुणी ते होर बिट्टी सतेंद्र सत्ती जी अच्छा मुहम्मद सदीक ते रणजीत कौर नूं असीं उहनां दा होया सीगा जी उहनां नूं पाया ते उहदे विच ही उहनां प्रोग्रामां च ही पहली वार गताज बिंद रखिया नूं जिहड़ा लियांदा ना स्क्रीन ते कह लो जी ਉਹ ਸੀ ਵੀ ਬਾਪ ਮੇਰਾ ਬਿੰਦ ਰੱਖਿਆ ਜੀ ਇਹਦਾਂ ਦੀਆਂ ਬੜੀਆਂ ਉਹਨਾਂ ਪ੍ਰੋਗਰਾਮਾਂ ਨਾਲ ਵੀ ਜੁੜੀਆਂ ਹੋਈਆਂ ਯਾਦਾਂ ਮੈਨੂੰ ਯਾਦ ਹੈ ਸੋਰੀ ਮੈਂ ਵਿੱਚ ਗੱਲ ਕੱਟ ਗਿਆ ਅਤੇ ਮੈਨੂੰ ਯਾਦ ਹੈ ਉਹ ਪ੍ਰੋਗਰਾਮ ਜਿਹੜਾ ਫਨ ਸਿਟੀ ਸ਼ੂਟ ਕੀਤਾ ਗਿਆ ਸੀਗਾ ਉਹਦਾ ਸੈੱਟ ਜਿਹੜਾ ਸਵੀਮਿੰਗ ਪੂਲ ਦੇ ਵਿੱਚ ਲਗਾਇਆ ਗਿਆ ਸੀਗਾ ਜਿਹੜਾ ਵੰਡਰ ਪਾਰਕ ਬਣਿਆ ਹੋਇਆ ਉੱਧਰਲੇ ਪਾਸੇ ਹੈ ਨਾ ਅਤੇ ਮੈਂ ਵੀ ਸ਼ੂਟ 'ਤੇ ਆਇਆ ਅਤੇ ਡਰੈਸ ਉਹਦੇ ਵਿੱਚ ਜਿਹੜੀ ਗੀਤਾਜ ਨੂੰ ਪਹਿਨਾਈ ਗਈ ਸੀਗੀ ਉਹ ਸੁਰਜੀਤ ਬਿੰਦ ਰੱਖਿਆ ਜੀ ਦੀ ਉਹ ਵਾਲੀ ਡਰੈਸ ਪਵਾਈ ਗਈ ਸੀ ਹੈ ਨਾ ਉਸੇ ਤਰ੍ਹਾਂ ਪੱਗ ਬਣਾਈ ਗਈ ਸੀਗੀ ਤਾਂ ਕਿ ਵੀ ਉਹ ਜ਼ਰਾ ਕੁ ਝਲਕ ਪਵੇ ਹਾਂਜੀ ਅਤੇ ਉਹਦੇ 'ਚ ਫਿਰ ਜਿਹੜਾ ਇੰਟਰਵਿਊ ਸੀ ਉਹਦੇ 'ਚ ਇੰਟਰਵਿਊ ਤਾਂ ਪਾਈ ਸੀਗੀ ਉਹ ਸਾਰੀ ਟੀਮ ਦੀ ਸਲਾਹ ਇਹ ਹੋਈ ਵੀ ਬੱਬੂ ਮਾਨ ਦੀਆਂ ਨਾ ਚੈਨਲਾਂ ਦੇ ਉੱਤੇ ਇੰਟਰਵਿਊਆਂ ਬਹੁਤ ਘੱਟ ਸੀ ਜਾਂ ਨਾ ਮਾਤਰ ਸੀ ਇਹਦਾ ਸੁਭਾਅ ਸੀਗਾ ਇਹ ਇੰਟਰਵਿਊ ਦੇ ਕੇ ਐਡਾ ਖੁਸ਼ ਨਹੀਂ ਸੀ ਰਾਜੀ ਨਹੀਂ ਸੀ ਹੁੰਦਾ ਅਤੇ ਵੀ ਗੀਤ ਨਾਲੋਂ ਜ਼ਿਆਦਾ ਇਹਦੀ ਇੰਟਰਵਿਊ ਦੀ ਉਡੀਕ ਆ ਅਤੇ ਲੋਕ ਦੇਖਣਗੇ ਉਹੀ ਗੱਲ ਹੋਈ ਬਿਲਕੁਲ ਇੰਟਰਵਿਊ ਵੀ ਕਾਫੀ ਲੰਮੀ ਚੌੜੀ ਹੋਈ ਅਤੇ ਉਹਦੇ ਵਿੱਚ ਮੈਨੂੰ ਯਾਦ ਆ ਕੁਛ ਸਵਾਲ ਜਵਾਬ ਵੀ ਐਸੇ ਸੀਗੇ ਜਿਹਦੇ 'ਚ ਮੈਂ ਇੱਕ ਪੁੱਛਦਾ ਬਈ ਸ਼ਹਿਰ 'ਚ ਇੰਨੇ ਜਿੰਮ ਆ ਅਤੇ ਤੁਹਾਨੂੰ ਆਪਦੇ ਘਰ ਆਪਦਾ ਵੱਖਰਾ ਜਿੰਮ ਲਾਉਣ ਦੀ ਕੀ ਲੋੜ ਸੀ ਅਤੇ ਉਹ ਜਵਾਬ ਬੜਾ ਢੁਕਵਾਂ ਸੀਗਾ ਕਿ ਕਹਿੰਦਾ ਵੀ ਉੱਥੇ ਜਿੰਮ 'ਚ ਜਾਓ ਇੱਕ ਜਣਾ ਤਾਂ ਆ ਕੇ ਪੁੱਛ ਜੂ ਆ ਜੂ ਨੇੜੇ ਆ ਕੇ ਤੁਸੀਂ ਕੀ ਖਾਂਦੇ ਹੁੰਦੇ ਹੋ ਜੀ ਬ੍ਰੇਕਫਾਸਟ 'ਚ ਕੀ ਲੈਂਦੇ ਹੋ ਜੀ ਇੱਕ ਜਣਾ ਕਹਿ ਦੂਗਾ ਏਸੀ ਲਾ ਦਿਓ ਦੂਜਾ ਕਹਿ ਦੂਗਾ ਏਸੀ ਬੰਦ ਕਰ ਦਿਓ ਉੱਥੇ ਤੁਸੀਂ ਆਪਦੀ ਮਰਜ਼ੀ ਮੁਤਾਬਕ ਕਸਰਤ ਵਰਜਿਸ਼ ਨਹੀਂ ਕਰ ਸਕਦੇ ਇਸ ਕਰਕੇ ਮੈਂ ਸਾਰਾ ਜੁਗਾੜ ਆਪਦੇ ਘਰ ਲਾ ਲਿਆ ਦੂਜਾ ਉਹ 'ਚ ਇੱਕ ਹੋਰ ਮੈਂ ਪੁੱਛਿਆ ਸੀਗਾ ਵੀ ਤੁਹਾਡੀ ਨਸ਼ਿਆਂ ਪੱਤਿਆਂ ਦੇ ਨਾਲ ਲੋਕ ਬਹੁਤ ਚਰਚਾ ਕਰਦੇ ਆ ਅਤੇ ਵੀ ਇਹ ਤੁਸੀਂ ਆਪ ਹੀ ਦੱਸੋ ਇਹ ਨਸ਼ਿਆਂ ਪੱਤੇ ਵਾਲਾ ਅਤੇ ਉਹ ਕਹਿੰਦਾ ਵੀ ਇੱਕ ਤਾਂ ਸਟੂਡੈਂਟ ਲਾਈਫ ਦੇ ਵਿੱਚ ਮੈਂ ਸਾਰੇ ਇੱਦਾਂ ਦੇ ਕੌਤਕ ਕੀਤੇ ਸੀ ਅਤੇ ਐਵੇਂ ਉਦੋਂ ਦੀ ਇਹ ਬਦਨਾਮੀ ਖਹਿੜਾ ਨਹੀਂ ਛੱਡਦੀ ਮੇਰਾ ਅਤੇ ਅਸੀਂ ਜਿੰਨੇ ਸਾਲ ਰਹੇ ਹਾਂ ਐਵੇਂ ਕਹੀਏ ਮੈਂ ਉਹਨੂੰ ਇੱਕ ਵਾਰ ਵੀ ਉਹਨੂੰ ਦਾਰੂ ਪੀਂਦਿਆਂ ਨਹੀਂ ਦੇਖਿਆ ਨਾ ਕੋਈ ਹੋਰ ਨਸ਼ਾ ਕਰਦਿਆਂ ਦੇਖਿਆ ਅਤੇ ਫਿਰ ਉਹਨੇ ਉਹਦੇ 'ਚ ਇੰਟਰਵਿਊ 'ਚ ਵੀ ਇਹ ਗੱਲ ਕਹੀ ਸੀ ਅਤੇ ਬਈ ਇਹੀ ਹੋ ਸਕਦਾ ਵੀ ਮੈਂ ਪ੍ਰੋਗਰਾਮ ਕਰਾਂ 2-3 ਘੰਟੇ ਦਾ ਅਤੇ ਫਿਰ ਉੱਥੇ ਬਲੱਡ ਟੈਸਟ ਵਾਲੇ ਵੀ ਸੱਦ ਲਓ
ਉੱਥੇ ਹੀ ਫਿਰ ਜੇ ਕੁਛ ਨਿਕਲ ਆਵੇ ਤਾਂ ਫਿਰ ਉੱਥੇ ਚੌਂਕ 'ਚ ਹੀ ਸਜ਼ਾ ਦਿੱਤੀ ਜਾਵੇ। ਬਿਲਕੁਲ। ਅਤੇ ਜੇ ਕੁਛ ਨਾ ਨਿਕਲਿਆ ਜਾਵੇ ਤਾਂ ਫਿਰ ਕਹਿਣ ਵਾਲਿਆ ਨੂੰ ਘੇਰਾ ਪਾ ਲਓ, ਘੇਰਾ ਪਾ ਲਓ। ਇਹਦਾਂ ਦੀ ਬਹੁਤ ਇੰਟਰਸਟਿੰਗ ਅਤੇ ਬੜੀ ਇੰਟਰਵਿਊ ਦੇਖੀ ਗਈ। ਹਾਂਜੀ। ਲੰਮੀ ਹੋਣ ਕਰਕੇ ਉਹਦੇ ਫਿਰ ਦੋ ਹਿੱਸੇ ਬਣਾਉਣੇ ਜੀ, ਬਾਕੀ ਸਾਰੇ ਆਰਟਿਸਟਾਂ ਦੇ ਗਾਣੇ ਸੀਗੇ ਅਤੇ ਉਹਨਾਂ ਦੇ ਇਕੱਲਿਆਂ ਦੀ ਗੱਲਬਾਤ ਸੀਗੀ ਉਹਦੇ ਵਿੱਚ। ਅਤੇ ਖਾਸ ਗੱਲ ਉਸ ਪ੍ਰੋਗਰਾਮ ਦੇ ਵਿੱਚ ਇਹੀ ਸੀਗੀ ਕਿਉਂਕਿ ਲੋਕਾਂ ਨੂੰ ਵਾਕਈ ਬਹੁਤ ਉਡੀਕ ਸੀਗੀ ਉਹਨਾਂ ਟਾਈਮਾਂ ਦੇ ਵਿੱਚ, ਕਿ ਹੁਣ ਵੀ ਜੇ ਗੱਲ ਕਰ ਲਈ ਸੋਸ਼ਲ ਮੀਡੀਆ ਉੱਤੇ ਘੱਟ ਹੀ ਦਿਖਦੇ ਨੇ ਬੱਬੂ ਮਾਨ ਸਾਹਿਬ, ਅਤੇ ਗੱਲਾਂ ਬਾਤਾਂ ਘੱਟ ਹੀ ਕਰਦੇ ਨੇ, ਇੰਟਰਵਿਊਜ਼ ਵੀ ਉਹਨਾਂ ਦੀ ਬਹੁਤ ਘੱਟ ਨੇ। ਇੱਥੋਂ ਤੱਕ ਇੱਕ ਹੋਰ ਮੈਨੂੰ ਵਿੱਚ ਇਹਦੇ ਵਿੱਚ ਹੀ ਫਿਰ ਯਾਦ ਆ ਗਿਆ, ਜਿਵੇਂ ਗੱਲ 'ਚੋਂ ਗੱਲ ਨਿਕਲ ਆਉਂਦੀ ਹੈ। ਹਾਂਜੀ। ਉਦੋਂ PTC ਚੈਨਲ ਵਾਲਿਆਂ ਨੇ ਬੱਬੂ ਮਾਨ ਨੂੰ ਅਪਰੋਚ ਕੀਤਾ ਵੀ ਤੁਹਾਡੀ ਇੰਟਰਵਿਊ ਕਰਨੀ ਆ, ਪਹਿਲਾਂ ਤਾਂ ਇਹਨੇ ਨਾ ਨੁਕਰ ਕੀਤੀ, ਫਿਰ ਇਸ ਸ਼ਰਤ 'ਤੇ ਸਹਿਮਤ ਹੋਇਆ ਵੀ ਇੰਟਰਵਿਊ ਮੈਂ ਤਾਂ ਕਰੂੰਗਾ ਵੀ ਉਹ ਤੁਹਾਡੀ ਜਿਹੜੀ ਐਂਕਰ ਆ ਹੁਣ ਤਾਂ ਸਵਾਲ ਹੀ ਨਹੀਂ ਕਰਨੇ ਆਉਂਦੇ, ਮੈਂ ਉਹਦੇ ਨਾਲ ਨਹੀਂ ਇੰਟਰਵਿਊ ਕਰ ਸਕਦਾ, ਅਤੇ ਇੰਟਰਵਿਊ ਮੈਂ ਦੇ ਦੂੰਗਾ ਅਤੇ ਮੈਨੂੰ ਜਿਹੜੇ ਸਵਾਲ ਜਵਾਬ ਵਾਸਤੇ ਆ ਐਂਕਰ ਵਜੋਂ ਉਹ ਸ਼ਮਸ਼ੇਰ ਸੰਧੂ ਨੂੰ ਬਿਠਾਓ ਮੇਰੇ ਨਾਲ। ਅੱਛਾ ਜੀ, ਕਿਆ ਬਾਤ ਹੈ। ਅਤੇ ਉਹ ਮੈਨੂੰ ਲੱਗਿਆ ਵੀ ਚੱਲ ਇਹ ਵੀ ਮੇਰੀ ਪ੍ਰਾਪਤੀ ਆ ਕਿ ਜੇ ਬੱਬੂ ਮਾਨ ਨੂੰ ਆਹ ਗੱਲ ਮੇਰੀ ਪਸੰਦ ਆਉਂਦੀ। ਹਾਂਜੀ। ਹਾਂ, ਇੱਕ ਹੋਰ ਯਾਦ ਆਇਆ ਸਤੀ ਜੀ, ਅਸੀਂ ਗਮਦੂਰ ਅਮਨ ਦੇ ਸਰਦੂਲ ਦੇ ਭਰਾ ਦੇ ਹਾਂਜੀ ਭੋਗ ਤੋਂ ਵਾਪਸ ਆ ਰਹੇ ਸੀ, ਅੰਤਾਂ ਦਾ ਮੀਂਹ ਆ ਗਿਆ, ਇਹਦੀ ਪਜੈਰੋ ਕਾਰ ਸੀਗੀ, ਉਹਦੇ 'ਚ ਅਸੀਂ ਇਕੱਠੇ ਹੀ ਗਏ ਸੀ, ਹਰਜੀਤ ਨਾਗਰਾ, ਜਗਤਾਰ ਬੌਂਦਲੀ, ਮੈਂ, ਇੱਕ ਤੋਂ ਹੋਰ ਸਾਥੀ ਵੀ ਸੀ ਡਾਕਟਰ ਰਾਮ ਹੁਣੀ ਵੀ ਸੀ, ਮੈਨੂੰ ਚੇਤਾ ਆ ਗਿਆ। ਅਤੇ ਉੱਥੇ ਉਹ ਰਾਹ ਦੇ ਵਿੱਚ ਅਸੀਂ ਰੁਕੇ ਨਾਗਰ ਦੇ ਘਰ, ਲਾਲ ਲਾਲ ਵੱਡੀਆਂ ਅਚਾਰੀ ਮਿਰਚਾਂ ਅਤੇ ਦੇਸੀ ਘਿਓ ਵਾਲੇ ਪਰੌਂਠੇ ਖਾਧੇ, ਅਤੇ ਉੱਥੇ ਗੱਲਾਂ ਬਾਤਾਂ ਦਾ ਇਹਦੇ ਜਿਹੜੇ ਸੁਭਾਅ ਦਾ ਮੂਡ ਆ ਅਸੀਂ ਹੌਲੀ ਹੌਲੀ ਮਤਲਬ ਖੁੱਲ੍ਹ ਰਹੇ ਸੀ। ਹਾਂਜੀ। ਪੂਰੇ ਜੇ ਖੁੱਲ੍ਹੇ ਨਹੀਂ ਸੀਗੇ, ਅਤੇ ਉਹ ਰੌਲਾ ਜਿਹਾ ਪਈ ਜਾਣ, ਗੱਲਾਂ ਹੋਈ ਜਾਣ, ਇਹ ਉਹ ਕਹਿੰਦਾ ਉਹਨਾਂ ਨੂੰ ਗੱਲ ਸੁਣੋ, ਇਹ ਗੱਲ ਸੁਣੋ, ਉਹ ਪਾਸ਼ ਨੂੰ ਆਪਾਂ ਨਹੀਂ ਮਿਲ ਸਕੇ ਨਾ ਦੇਖ ਸਕੇ, ਭੂਸ਼ਣ ਧਿਆਨਪੁਰੀ ਨੂੰ ਆਪਾਂ ਨੂੰ ਸਬੱਬ ਨਹੀਂ ਬਣਿਆ, ਅਮਤੋਜ ਸ਼ਾਇਰ ਨੂੰ ਆਪਾਂ ਨਹੀਂ ਦੇਖ ਸਕੇ ਸੁਣ ਸਕੇ, ਇਹ ਜਿਹੜਾ ਅਮਤੋਜ ਨਾਲ ਭੂਸ਼ਣ ਧਿਆਨਪੁਰੀ ਨਾ ਪਾਸ਼ ਨਾ ਸਾਲਾਂ ਵਧੀ ਰਿਹਾ, ਇਹਦੇ ਕੋਲੋਂ ਹੀ ਉਹਨਾਂ ਦੀਆਂ ਗੱਲਾਂ ਸੁਣ ਲਈਏ, ਅਤੇ ਫਿਰ ਉਹ ਸਮੇਂ ਸਮੇਂ ਸੁਣਦਾ ਵੀ ਰਿਹਾ। ਹੁਣ ਤਾਂ ਉਦੋਂ ਇਹ ਵੀ ਕਿਹਾ ਸੀ ਵੀ ਚਲੋ ਅਮਤੋਜ ਨੂੰ ਹੁਣੇ ਮਿਲੀਏ, ਭੂਸ਼ਣ ਧਿਆਨਪੁਰੀ ਨੂੰ ਮਿਲੀਏ। ਉਹਦਾ ਇੱਕ ਉਹਦੇ ਆਮ ਗਾਇਕਾਂ ਤੋਂ ਜਿਹੜਾ ਇੱਕ ਵੱਖਰਾ ਚੰਗਾਪਣ ਮੈਨੂੰ ਇਹ ਲੱਗਿਆ ਵੀ ਉਹ ਸਾਹਿਤ ਬਹੁਤ ਪੜ੍ਹਦਾ, ਪੰਜਾਬੀ ਦਾ ਵੀ, ਹਿੰਦੀ ਦਾ ਵੀ, ਅੰਗਰੇਜ਼ੀ ਦਾ ਵੀ, ਮਤਲਬ ਅਮਤੋਜ ਵਾਲੀ ਤਾਂ ਮੈਨੂੰ ਯਾਦ ਆ ਵੀ ਅਮਤੋਜ ਦੀ ਖਾਲੀ ਤਰਕਸ਼ ਕਿਤਾਬ ਵੀ ਫਿਰ ਉਹਨੂੰ ਮੈਂ ਹੀ ਲਿਆ ਕੇ ਦਿੱਤੀ। ਅੱਛਾ ਜੀ। ਅਤੇ ਉਹ ਬਸ਼ੀਰ ਬਦਰ ਹੁਣਾਂ ਨੂੰ ਵੀ, ਮੰਟੋ ਨੂੰ ਵੀ, ਰਜਿੰਦਰ ਸਿੰਘ ਬੇਦੀ ਨੂੰ ਵੀ, ਮਤਲਬ ਉਹ ਕਲੀਆਂ ਆਏ ਨਹੀਂ ਵੀ ਪੋਇਟਰੀ ਪੜ੍ਹਦਾ, ਵਾਰਤਕ, ਨਾਵਲ ਅਤੇ ਕਹਾਣੀਆਂ ਵੀ ਪੜ੍ਹਦਾ। ਇਹ ਉਹਦੇ ਮੈਂ ਘਰੇ ਵੀ ਉਹਦੇ ਕਮਰੇ 'ਚ ਦੇਖਿਆ ਜਿਹੜਾ, ਉਹ ਉੱਥੇ ਬਹੁਤ ਸਾਹਿਤਕ ਕਿਤਾਬਾਂ ਪਈਆਂ ਹੁੰਦੀਆਂ ਸੀਗੀਆਂ, ਬੜਾ ਇੰਟੱਚ ਆ ਉਹ। ਕੁਝ ਪ੍ਰੋਗਰਾਮਾਂ ਦੇ ਵਿੱਚ ਉਹਨੇ ਜ਼ਿਕਰ ਵੀ ਅਮਤੋਜ ਦੀਆਂ, ਪਾਸ਼ ਦੀਆਂ, ਜਿੱਦਾਂ ਪਾਤਰ ਹੁਣਾਂ ਦੀਆਂ ਲਾਈਨਾਂ ਵੀ ਬੋਲਦਾ ਹੁੰਦਾ। ਹਾਂਜੀ। ਮਤਲਬ ਕਿ ਉਹ ਤਾਂ ਉਹਨਾਂ ਦੇ ਗੀਤਾਂ ਦੇ ਵਿੱਚ ਵੀ ਜੇ ਆਪਾਂ ਗੱਲ ਕਰੀਏ, ਹੈ ਨਾ, ਉਹ ਚੀਜ਼ ਮੰਨਣ ਵਾਲੀ ਹੈਗੀ ਹੈ ਕਿ ਉਹਨਾਂ ਨੂੰ ਪੜ੍ਹਨ ਦਾ ਜਿਹੜਾ ਹੈਗਾ ਸ਼ੌਂਕ ਵੀ ਹੈਗਾ ਉਹਨਾਂ ਦਾ, ਉਹ ਅਕਸਰ ਜ਼ਿਕਰ ਵੀ ਕਰਦੇ ਰਹੇ ਨੇ ਇਹਨਾਂ ਗੱਲਾਂ ਦਾ। ਹਾਂ। ਇੱਕ ਮੈਂ ਮੇਰੇ ਨਾ ਗੱਲਬਾਤ ਕਰਦੇ ਹੋਏ ਦਿਮਾਗ 'ਚ ਆ ਗਈ ਗੱਲ, ਅਤੇ ਸੰਧੂ ਸਾਹਿਬ ਜਿਵੇਂ ਤੁਸੀਂ ਬਿੰਦਰ ਖੇ ਜੀ ਦੇ ਨਾਲ, ਹੈ ਨਾ, ਜੁੜੇ ਰਹੇ ਹੋ, ਹੈ ਨਾ, ਅਤੇ ਉੱਧਰ ਬੱਬੂ ਮਾਨ ਦੀ ਜੇ ਆਪਾਂ ਗੱਲ ਕਰ ਲਈਏ, ਇਹ ਦੋਵੇਂ ਜਿਹੜੇ ਆਰਟਿਸਟ ਨੇ, ਅਤੇ ਇਹਨਾਂ ਦੋਵਾਂ ਦਾ ਮਤਲਬ ਕਿ ਪੂਰੀ ਉਸ ਟਾਈਮ ਤੂਤੀ ਬੋਲਦੀ ਰਹੀ ਆ, ਅੱਜ ਚਲੋ ਬੱਬੂ ਮਾਨ ਸਾਹਿਬ ਦਾ ਅੱਜ ਵੀ, ਹੈ ਨਾ, ਲੋਕ ਉਵੇਂ ਹੀ ਕਰੇਜ਼ ਹੈਗਾ, ਪਿਆਰ ਕਰਦੇ ਨੇ, ਅਤੇ ਬਿੰਦਰ ਖੇ ਜੀ ਤਾਂ ਇਸ ਦੁਨੀਆਂ ਦੇ ਵਿੱਚ ਨਹੀਂ ਰਹੇ, ਹੈ ਨਾ, ਅਤੇ ਜਦੋਂ ਦੋਵੇਂ ਪੈਰਲਲ ਹਿੱਟ ਸੀਗੇ ਅਤੇ ਉਦੋਂ ਕਿੱਦਾਂ ਸੁਭਾਅ ਸੀਗਾ, ਕਿਉਂਕਿ ਇਹਨਾਂ ਦੋਵਾਂ ਨੂੰ ਫੰਕਸ਼ਨਸ ਦੇ ਉੱਪਰ ਵੀ ਘੱਟ ਹੀ ਦੇਖਿਆ ਜਾਂਦਾ ਸੀ, ਕਿਤੇ ਪ੍ਰੋਗਰਾਮਾਂ ਦੇ ਉੱਪਰ ਵੀ ਘੱਟ ਹੀ ਜਾਂਦੇ ਸੀਗੇ ਜਿਹੜੇ ਸੋਸ਼ਲ ਸਰਕਲ ਵਾਲੇ ਹੁੰਦੇ ਆ। ਹਾਂ, ਉਹ ਇਹਨਾਂ ਦੇ ਸੁਭਾਅ ਦਾ ਜਿਹੜਾ ਕਹਿ ਲਓ ਅੰਤਰਮੁਖੀ ਕਹਿ ਲਓ, ਇੰਟਰੋਵਰਟ ਜਿਹਨੂੰ ਕਹਿੰਦੇ ਆ, ਜਾਂ ਵੈਸੇ ਸੁਭਾਅ ਨਹੀਂ ਹੈ ਵੀ ਮੇਲਿਆਂ ਦੇ ਵਿੱਚ ਜਾਂ ਮਹਿਫਲਾਂ ਦੇ ਵਿੱਚ ਬਿੰਦਰ ਖੇ ਵੀ ਬਹੁਤ ਘੱਟ ਬਹਿੰਦਾ ਸੀਗਾ, ਜਾਂਦਾ ਸੀਗਾ, ਅਤੇ ਇਹਨਾਂ ਦਾ ਆਪਸ ਵਿੱਚ ਮੇਲ ਤਾਂ ਘੱਟ ਹੀ ਹੋਇਆ। ਇੱਕ ਵਾਰ ਫਰੀਦਕੋਟ ਮੇਲੇ 'ਤੇ ਸੀਗਾ, ਇਹ ਵੀ ਮੈਨੂੰ ਬੱਬੂ ਮਾਨ ਨੇ ਦੱਸਿਆ, ਕਹਿੰਦਾ ਵੀ ਮੈਂ ਪ੍ਰੋਗਰਾਮ ਦੇ ਕੇ ਬਾਹਰ ਨੂੰ ਨਿਕਲ ਰਿਹਾ ਸੀ ਅਤੇ ਬਿੰਦਰ ਖੇ ਦੀ ਵਾਰੀ ਆ ਗਈ ਸੀ, ਉਹ ਐਂਟਰ ਕਰ ਰਿਹਾ ਸੀਗਾ, ਬਸ ਅਸੀਂ ਉੱਥੇ ਕੀ ਹਾਲ ਆ, ਕੀ ਹਾਲ ਆ, ਸਤਿ ਸ਼੍ਰੀ ਅਕਾਲ ਸਾਡੀ ਹੋਈ ਸੀਗੀ। ਉੱਦਾਂ ਦੇਖੋ ਵੀ ਬਿੰਦਰ ਖੇ ਦੀ ਡੈਥ ਦੇ ਉੱਤੇ 3-4 ਸੱਜਣਾਂ ਨੇ, ਕਲਾਕਾਰਾਂ ਨੇ, ਜਿਨ੍ਹਾਂ ਨੇ ਗੀਤ ਲਿਖੇ, ਸਰਬਜੀਤ ਚੀਮੇ ਨੇ ਵੀ ਲਿਖਿਆ, ਆਤਮਾ ਬੁੱਢੇ ਵਾਲੀਏ ਨੇ ਵੀ ਲਿਖਿਆ, ਕੁਝ ਹੋਰ ਕਲਾਕਾਰਾਂ ਨੇ ਲਿਖੇ, ਅਤੇ ਗੁਰਦਾਸ ਮਾਨ ਨੇ ਗੀਤ ਲਿਖਿਆ ਅਤੇ ਬੋਲਿਆ ਵੀ,
ਤੇ ਬੱਬੂ ਮਾਨ ਦਾ ਵੀ ਜਿਹੜਾ ਗੀਤ ਸੀਗਾ ਉਹ ਬਹੁਤ ਸੁਣਿਆ ਗਿਆ। ਪਿਆਸ ਐਲਬਮ ਦੇ ਵਿੱਚ ਉਹਨਾਂ ਨੇ ਛੱਡ ਪਿੰਡ ਦੀਆਂ ਜੂਹਾਂ ਉੱਡ ਚੱਲੀਆਂ ਨੇ ਰੂਹਾਂ, ਹਾਂ ਹਾਂ, ਬੜਾ ਪਸੰਦ ਕੀਤਾ ਗਿਆ, ਬਹੁਤ ਸੁਣਿਆ ਗਿਆ, ਬੜਾ ਖੁੱਭ ਕੇ ਲਿਖਿਆ ਹੋਇਆ ਸੀਗਾ। ਬੱਬੂ ਮਾਨ ਨਾਲ ਹੋਰ ਵੀ ਬਹੁਤ ਕਿਸਮ ਦੇ ਯਾਦਾਂ, ਅਸੀਂ ਸਫ਼ਰ ਵੀ ਬੜੇ ਕੀਤੇ, ਕਦੇ ਲੁਧਿਆਣੇ ਵੱਲ ਨੂੰ ਜਾ ਰਹੇ ਹਾਂ, ਕਦੇ ਇੱਧਰ ਨਾਭੇ ਵੱਲ ਨੂੰ ਜਾ ਰਹੇ ਹਾਂ। ਉਹਦੀਆਂ ਹੋਰ ਵੀ ਫਿਰ ਜਿਹੜੀਆਂ ਮੈਂ ਆਦਤਾਂ ਨੋਟ ਕਰਦਾ ਸੀਗਾ, ਹਾਂਜੀ, ਅਤੇ ਉਹ ਮੇਰਾ ਸੁਭਾਅ ਹੀ ਆ ਜਾਂ ਮੇਰੇ ਵਰਗਿਆਂ ਦਾ ਸਾਰਿਆਂ ਦਾ ਸੁਭਾਅ ਹੈ, ਤੀਜਾ ਨੇਤਰ ਜਾਂ ਐਂਟੀਨਾ ਸਾਡਾ ਜ਼ਿਆਦਾ ਫੜਦਾ ਗੱਲਾਂ ਨੂੰ। ਅਤੇ ਉਦੋਂ ਵੀ ਦੇਖਿਆ ਰਾਹ ਦੇ ਵਿੱਚ ਜਦੋਂ ਕਿਤੇ ਢਾਬਿਆਂ 'ਤੇ ਰੋਟੀ ਖਾਂਦੇ ਹੁੰਦੇ ਸੀ ਨਾ, ਉਹ ਇਹਦੇ ਨਾਲ ਹੀ ਉਹ ਜੁੜੀ ਹੋਈ ਗੱਲ ਆ, ਮੈਂ ਤਾਂ ਵੀਰਾ ਪਾ ਰਿਹਾ। ਹੁਣ ਉੱਥੇ ਜਦੋਂ ਕਹਿਣਾ ਤਾਂ ਉਹਨੂੰ ਕਹਿਣਾ ਵੀ ਰੋਟੀ ਲਿਆਈ ਸੜੀ ਹੋਈ, ਸਾੜ ਕੇ ਲਿਆਈ, ਉਹਨੇ ਲਿਆ ਕੇ ਅਤੇ ਰਾੜ ਕੇ ਰੱਖ ਦੇਣੀ ਵੀ ਰੜੀ ਹੋਈ। ਉਹ ਕਹਿੰਦਾ ਮੈਂ ਤੈਨੂੰ ਰੜੀ ਹੋਈ ਨਹੀਂ ਕਿਹਾ, ਸੜੀ ਹੋਈ ਕਿਹਾ ਸੀਗਾ। ਮਤਲਬ ਜਿਹੜੀ 40-50-60% ਸੜੀ ਹੋਈ ਰੋਟੀ ਹੈ ਇਹ ਉਹ ਮੰਗਵਾਉਂਦਾ ਹੁੰਦਾ ਸੀਗਾ। ਅੱਛਾ, ਐਨ ਅਤੇ ਅਸੀਂ ਵੀ ਉਹ ਸੜੀ ਹੋਈ ਰੋਟੀ ਇਹਦੇ ਨਾਲ ਖਾ ਕੇ ਦੇਖੀ ਅਤੇ ਮੈਨੂੰ ਲੱਗਿਆ ਸੜੀ ਹੋਈ ਰੋਟੀ ਬਹੁਤ ਸਵਾਦ ਲੱਗਦੀ ਹੈ। ਫਿਰ ਮੈਨੂੰ ਕਿਸੇ ਨੇ ਦੱਸਿਆ ਵੀ ਇਹ ਤਾਂ ਪਹਿਲਾਂ ਰਿਵਾਜ਼ ਹੁੰਦਾ ਸੀਗਾ, ਪਹਿਲੀ ਪੀੜ੍ਹੀ ਦੇ ਵਿੱਚ ਰੜੀ ਹੋਈ ਨਹੀਂ ਸੜੀ ਹੋਈ ਰੋਟੀ। ਅੱਛਾ ਜੀ, ਮੈਂ ਤੁਹਾਨੂੰ ਉਹੀ ਪੁੱਛਣਾ ਸੀਗਾ ਕਿ ਉਹਦਾ ਰੀਜ਼ਨ ਕੀ ਹੈ, ਤੁਹਾਨੂੰ ਉਹ ਨਹੀਂ ਪੁੱਛਿਆ ਮਤਲਬ ਕਿ ਕਦੇ ਉਹ ਰਿਵਾਜ਼ ਕਰਕੇ ਗੱਲ, ਰਿਵਾਜ਼ ਕਹਿ ਲਓ, ਹਾਂ ਸਵਾਦ ਪੱਖੋਂ, ਜਾਂ ਇਹਨੇ ਰਾਹ ਦੇ ਵਿੱਚ ਰੋਕਿਓ ਉਬਲੇ ਅੰਡੇ ਫੜਿਓ, ਫਿਰ ਯਾਰ ਮੈਂ ਹੁਣ ਰੋਟੀ ਤਾਂ ਖਾਣੀ ਨਹੀਂ, ਅੱਜ ਮੈਂ ਰੋਟੀ ਨਹੀਂ ਖਾਣੀ, ਮੈਂ ਫਿਰ ਉਹ ਜਿੰਮ ਮੈਂ ਕਰਨਾ ਜਵਾਇਆ ਨਾ, ਅਤੇ ਵੀ ਆ ਪੀਲਾ ਹਿੱਸਾ ਜਿਹਾ ਯਾਰ ਕੱਢ ਦਿਓ, ਸਾਰੇ ਪੀਲਾ ਹਿੱਸਾ ਚਿੱਟਾ ਹਿੱਸਾ ਖਾਓ, ਅਤੇ ਅੰਡੇ ਇਹਦੇ 5-6 ਅੰਡੇ ਖਾ ਕੇ, ਅਤੇ ਹੁਣ ਮੈਂ ਦੇਖਣਾ ਵੀ ਲੋਕ ਕਹੀ ਜਾਂਦੇ ਆ ਇਹਦੇ, ਇਹਨੂੰ ਨਸ਼ਿਆਂ ਨਾਲ ਜੋੜੀ ਜਾਂਦੇ ਆ। ਇਹ ਹੁਣ ਕਹਿੰਦਾ ਵੀ ਮੈਂ ਅੰਡੇ ਖਾ ਕੇ ਅਤੇ ਜਦ ਤੱਕ ਹਜ਼ਮ ਹੋ ਜਾਣਗੇ ਜਦ ਤੱਕ ਚੰਡੀਗੜ੍ਹ ਪਹੁੰਚਣਾ ਵਿੱਚ ਗੈਪ ਪੈ ਜੂਗਾ, ਜਦ ਤੱਕ ਮੈਂ ਜਿਮ ਦੇ ਵਿੱਚ ਕਸਰਤ ਕਰ ਲੂੰਗਾ ਵਰਜਿਸ਼। ਸੰਧੂ ਸਾਹਿਬ ਇੱਕ ਗੱਲ ਮੈਂ ਹੋਰ ਪੁੱਛੂੰਗਾ ਕਿ ਜਿਵੇਂ ਸ਼ੋਜ਼ ਦੇ ਉੱਪਰ ਵੀ ਤੁਹਾਨੂੰ ਬਹੁਤ ਵਾਰ ਜਾਣ ਦਾ ਮੌਕਾ ਮਿਲਿਆ ਹੈ ਨਾ ਇਹਨਾਂ ਦੇ ਨਾਲ, ਅਤੇ ਕਿਉਂਕਿ ਲੰਮਾ ਸਮਾਂ ਤੁਸੀਂ 0.0 ਦੇ ਵਿੱਚ ਨਾਲ ਗੁਜ਼ਾਰਿਆ ਅਤੇ ਅੱਜ ਵੀ ਤੁਹਾਡੀ ਚੰਗੀ ਸਾਂਝ ਹੈਗੀ ਹੈ ਨਾ, ਅਤੇ ਸੋ ਮੈਂ ਉਹ ਗੱਲਾਂ ਜਾਣਨੀਆਂ ਚਾਹੁੰਦਾ ਕਿ ਸ਼ੋਜ਼ ਦੇ ਉੱਪਰ ਜਦੋਂ ਤੁਸੀਂ ਜਾਂਦੇ ਸੀਗੇ ਇਹਨਾਂ ਦੇ ਨਾਲ ਅਤੇ ਉੱਥੋਂ ਫੈਨਸ ਦਾ ਕਿੱਦਾਂ ਰਿਸਪੋਂਸ ਹੁੰਦਾ ਸੀ, ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਕੱਟੜ ਫੈਨ ਫੋਲੋਇੰਗ ਹੈ ਇਹਨਾਂ ਦੀ, ਹੈ ਨਾ, ਤਾਂ ਕਿੱਦਾਂ ਦੇ ਫੈਨ ਤੁਹਾਨੂੰ ਮਿਲਦੇ ਵੀ ਸੀਗੇ ਜਿਹੜੇ ਸ਼ੋਅ ਤੋਂ ਬਾਅਦ ਜਾਂ ਸ਼ੋਅ ਤੋਂ ਪਹਿਲਾਂ ਆ ਕੇ ਇਹਨਾਂ ਨੂੰ ਮਿਲਦੇ ਸੀਗੇ, ਕਿਸ ਤਰ੍ਹਾਂ ਮਤਲਬ ਕਿ ਉਹਨਾਂ ਦਾ ਪਿਆਰ ਐਕਸਪ੍ਰੈਸ ਕਰਦੇ ਸੀਗੇ ਇਹਨਾਂ ਦੇ ਪ੍ਰਤੀ ਉਹ ਆਪਣਾ? ਬਹੁਤ ਸ਼ੋਅ ਮੈਂ ਇਹਦੇ ਸਟੇਜ ਸ਼ੋਅ ਦੇਖੇ ਜਾਂ ਪਹਿਲਾਂ ਆਏ ਮੂਹਰੇ ਖੜ੍ਹ ਕੇ ਬਹਿ ਕੇ ਵੀ ਦੇਖੇ, ਇਹਦੇ ਨਾਲ ਜਾ ਕੇ ਵੀ ਦੇਖੇ। ਇੱਕ ਮੈਨੂੰ ਯਾਦ ਆ ਇੱਥੇ ਕੁਹਾੜੇ ਦੇ ਨੇੜੇ ਸੀਗਾ ਸ਼ਾਇਦ ਬੁੱਢੇਵਾਲ ਟੂਰਨਾਮੈਂਟ ਸੀ। ਅੱਛਾ, ਟੂਰਨਾਮੈਂਟ ਤੋਂ ਬਾਅਦ ਇਹਦਾ ਪ੍ਰੋਗਰਾਮ ਸੀ, ਬੋਲੇ ਬੋਲੇ ਤੋਬਾ ਇਕੱਠ, ਅਤੇ ਉਸ ਇਕੱਠ ਦੀ ਇਹ ਆ ਬਈ ਐਂ ਨਾ ਜਿਵੇਂ ਕੋਈ ਝੂਲਾ ਹਿੱਲ ਰਿਹਾ ਹੁੰਦਾ, ਝੂਲੇ ਵਾਂਗ ਲੋਕ ਇੰਨੇ ਇਕੱਠੇ ਹੋਏ ਸੀ ਜਦੋਂ ਐਂਟਰੀ ਹੋਈ। ਅੱਛਾ, ਮੈਂ ਇਹਦੇ ਵਾਲੀ ਕਾਰ 'ਚ ਹੀ ਬੈਠਾ ਸੀ ਕਿਉਂਕਿ ਮੂਹਰਲੀ ਸੀਟ 'ਤੇ ਇਹਦੇ ਨਾਲ ਆਪ ਕਾਰ 'ਚ ਲਾ ਰਿਹਾ ਸੀ, ਨਾਲ ਸਾਥੀ ਬਾਕੀ ਤਾਂ ਸੀਗੇ ਸਾਡੇ, ਰਾਮ ਹੁਣੀ ਤਾਂ ਮੂਹਰੇ ਪ੍ਰਬੰਧਕ ਹੁੰਦੇ ਸੀ, ਹਾਂਜੀ, ਸਾਰੀ ਜਿਹੜੀ ਸਟੇਜ ਉਹ ਮੈਨੇਜ ਕਰਦੇ ਸੀ ਪਹਿਲਾਂ ਇਹਨਾਂ ਕਰਦੇ ਸੀ, ਅਤੇ ਜਦੋਂ ਉਹ ਕਾਰ ਦਾ ਹੁਣ ਜੂਨ ਦੀ ਤੋਰ ਹੀ ਅੰਦਰ ਕੈਂਟਰ ਕਰ ਸਕਦੀ ਸੀਗੀ, ਕੋਈ ਕਹਿੰਦਾ ਆਹ ਸੁਣਾ ਦੀ, ਕੋਈ ਕਹਿੰਦਾ ਆਹ ਸੁਣਾ ਦੀ, ਬੱਬੂ ਆ ਗਿਆ ਹੈ, ਮਤਲਬ ਉਹ ਕਾਰ ਨੂੰ ਲੰਘਣ ਨਹੀਂ ਸੀ ਦੇ ਰਹੇ ਇਹਦੇ ਪ੍ਰਸ਼ੰਸਕ। ਫਿਰ ਸਟੇਜ 'ਤੇ ਜਾ ਕੇ ਜਦੋਂ ਇਹਨੇ ਕਿਹਾ ਬਈ ਮਤਲਬ ਸ਼ੁਗਲ ਜਿਵੇਂ ਸੀਸੀਆਂ ਲਾ ਲਈਆਂ, ਭਰੀਆਂ ਆਵਾਜ਼ਾਂ ਆ ਰਹੀਆਂ, ਹਾਂ ਲਾ ਲਈਆਂ, ਸੂਟੇ ਖਿੱਚ ਲਏ, ਹਾਂ ਖਿੱਚ ਲਏ, ਧਰਮ ਗੀਤ ਗਾ ਲਾਂ ਕਿ ਕਰੀਏ ਸ਼ੁਰੂ, ਨਹੀਂ ਸਿੱਧਾ ਹੀ ਆ ਜਾ, ਬੱਸੇ ਨੇ ਵੀ ਚੱਕਤਾ ਫਿਰ ਕੰਮ। ਅੱਛਾ, ਓਹੋ, ਘੰਟਾ ਡੇਢ ਘੰਟਾ ਦੋ ਘੰਟੇ ਢਾਈ ਘੰਟੇ, ਮਤਲਬ ਉਹ ਮੈਂ ਜਿਹੜਾ ਸੀ ਕਿਉਂਕਿ ਮੈਂ ਬਹੁਤ ਕਲਾਕਾਰਾਂ ਦਾ ਇੱਦਾਂ ਦੇਖਦਾ ਰਿਹਾ, ਅਤੇ ਉਦੋਂ ਮੈਂ ਦੇਖ ਰਿਹਾ ਸੀ ਉਹ ਜਿਹੜਾ ਜਲਾਓ ਸੀਗਾ ਨਾ, ਫਿਰ ਵਿੱਚ ਮੀਂਹ ਪੈਣ ਲੱਗ ਗਿਆ, ਕਣੀਆਂ ਪੈਣ ਲੱਗ ਗਈਆਂ, ਨਾ ਇਹ ਹੀ ਹਿੱਲਿਆ ਨਾ ਲੋਕ ਹੀ ਹਿੱਲੇ, ਅਤੇ ਉਦੋਂ ਬਾਅਦ ਦਾ ਜਿਹੜਾ ਐਂਡ ਸੀਨ ਸੀ ਵੀ ਉਹ ਕਾਰ ਕੱਢਣੀ ਬਹੁਤ ਔਖੀ ਹੋ ਗਈ ਬਾਹਰ। ਅੱਛਾ ਜੀ, ਅਤੇ ਸਪੀਕਰ ਤੋਂ ਅਨਾਊਂਸਮੈਂਟ ਹੋ ਰਹੀ ਆ ਵੀ ਉਹ ਰਾਹ ਛੱਡ ਦਿਓ, ਪਾਸੇ ਕਰ ਦਿਓ, ਬੱਬੂ ਦੀ ਕਾਰ ਅੰਦਰੋਂ ਨਿਕਲਣੀ ਹੈ ਜੀ, ਪਰ ਉਹ ਕਾਰਾਂ ਇੱਕ ਦੋ ਮੂਹਰੇ ਫਸੀਆਂ ਹੋਈਆਂ ਸੀ। ਫਿਰ ਇਹਨੇ ਉਹਨੂੰ ਆਪਦੇ ਕਾਰ ਜਿਹੜਾ ਹੋਰ ਨੂੰ ਹਵਾਲੇ ਕਰਕੇ ਵੀ ਮੈਂ ਭੱਜ ਕੇ ਆ ਕੇ ਅਤੇ ਮੈਂ ਮੇਨ ਸੜਕ 'ਤੇ ਪਹੁੰਚਦਾ, ਇਹਨੇ ਮੂੰਹ ਦੇ ਉੱਤੇ ਸਿਰ ਦੇ ਉੱਤੇ ਉਹ ਜਿਵੇਂ ਭੇਸ ਜਿਹਾ ਬਦਲਾਉਣਾ ਹੁੰਦਾ ਕੁਛ ਐਂ ਜਿਹਾ ਪਾਇਆ, ਮਫਲਰ ਜਿਹਾ ਟਾਈਪ, ਹਾਂ ਮਫਲਰ ਜਾਂ ਕੋਈ ਟੋਪੀ ਜਿਹੀ ਇੱਦਾਂ ਦੀ ਲਈ, ਅਤੇ ਦਵਾ ਦਵਾ ਨਿਕਲ ਕੇ ਜਾ ਕੇ ਇਹਨੇ ਐਨ ਫਿਲਮੀ ਸਟਾਈਲ 'ਚ ਇਹਨੇ ਇੱਕ ਕਾਰ ਦਾ ਦਰਵਾਜ਼ਾ ਖੜਕਾਇਆ, ਉਹਨੇ ਕਾਰ ਖੋਲ੍ਹੀ ਵਿੱਚ ਬਹਿ ਗਿਆ। ਅੱਛਾ, ਉਹ ਇਹਨੂੰ ਉਹਨੇ ਮੇਨ ਸੜਕ 'ਤੇ ਲਿੰਕ ਸੜਕ ਤੋਂ ਮੇਨ ਸੜਕ 'ਤੇ ਛੱਡਣਾ ਸੀ ਬੁੱਢੇਵਾਲ ਤੋਂ,
ਮੇਨ ਰੋਡ ਤੇ ਪਹਾੜੇ ਵਾਲੀ ਤਰ੍ਹਾਂ ਜੀ ਤੇ ਉਹਦੇ ਚ ਕੀ ਹੋਇਆ ਬਈ ਉਹਦੇ ਚ ਬੈਠੇ ਤੇ ਕਹਿੰਦਾ ਵੀ ਉਹਨੇ ਮੇਰੀ ਹਿੰਦੀ ਗੀਤਾਂ ਦੀ ਕੈਸਟ ਲਈ ਹੋਈ ਸੀ ਅੱਛਾ ਜੀ ਮੇਰਾ ਕੰਮ ਜਿਹੜੀ ਸੀ ਲਾਲ ਰੰਗ ਦੀ ਮਰੂਤੀ ਸੀ 800 ਮਰੂਤੀ 800 ਤੇ ਉਹ ਕਹਿੰਦਾ ਹਿੰਦੀ ਤੇ ਉਹ ਕਹਿੰਦਾ ਵੀ ਉਹ ਇੰਨਾ ਖੁਸ਼ ਵੀ ਧੰਨ ਭਾਗ ਜੀ ਆਹ ਕਿਹੋ ਜਿਹਾ ਸਬੱਬ ਬਣਿਆ ਵੀ ਚੱਲ ਕਿਸ ਬਹਾਨੇ ਨੂੰ ਕਿ ਜਿਹਦੇ ਗਾਣੇ ਸੁਣ ਰਹੇ ਉਹੀ ਬੰਦਾ ਆ ਕੇ ਹਾਂ ਗੱਡੀ 'ਚ ਬੈਠ ਗਿਆ ਇੱਕ ਵਾਰ ਉਹਦਾ ਬਾਹਰ ਪ੍ਰੋਗਰਾਮ ਸੀ ਅੱਛਾ ਜੀ ਇੱਥੋਂ ਦਾ ਕੈਨੇਡਾ ਵੈਨਕੂਵਰ ਦਾ ਉੱਥੇ ਮੇਰੇ ਜਿਹੜੇ ਰਿਸ਼ਤੇਦਾਰ ਮੁੰਡੇ ਸੀ ਉਹਨਾਂ ਨੂੰ ਬਹੁਤ ਕਰੇਜ਼ ਸੀ ਵੀ ਇਹਦੇ ਨਾਲ ਫੋਟੋ ਖਿਚਾਉਣੀ ਆ ਜੱਫੀ ਪਾਉਣੀ ਆ ਇਹਦਾ ਹੁਣ ਸੁਭਾਅ ਨਹੀਂ ਹੈ ਬਾਹਲਾ ਇੱਦਾਂ ਦਾ ਇਹ ਤਾਂ ਗਿਣਿਆ ਜਾਂਦਾ ਚਲੋ ਇਹ ਆਪੋ ਆਪਣੀਆਂ ਸੁਭਾਅ ਆਦਤਾਂ ਕਹਿ ਲਓ ਰਿਜ਼ਰਵ ਜਿਹਾ ਮਤਲਬ ਰਿਜ਼ਰਵ ਆ ਕੋਈ ਖੁਸ਼ਕ ਕਹਿ ਦਿੰਦਾ ਕੋਈ ਅੜਬ ਕਹਿ ਦਿੰਦਾ ਅਤੇ ਜੋ ਵੀ ਹੈ ਅੱਛਾ ਉੱਥੇ ਰਾਮ ਨਾਲ ਸੀਗਾ ਅਤੇ ਉਹ ਫਿਰ ਮੈਨੂੰ ਹੁਣ ਉਹਦਾ ਫੋਨ ਆਈ ਜਾਂਦਾ ਮੇਰੇ ਭਤੀਜੇ ਭਾਣਜੇ ਸਾਰੇ ਬੁਲਾਉਂਦਾ ਬਈ ਕਹਿ ਇਹ ਤਾਂ ਸਾਡੀ ਗੱਲ ਨਹੀਂ ਸੁਣਦਾ ਉਹ ਹੈ ਨੇੜੇ ਨਹੀਂ ਜਾ ਰਹਿੰਦਾ ਅਤੇ ਉਹ ਫਿਰ ਮੈਂ ਰਾਮ ਨੂੰ ਫੋਨ ਲਾਇਆ ਅਤੇ ਮੈਂ ਕਿਹਾ ਬੱਬੂ ਨੂੰ ਫੜਾ ਫੋਨ ਉਹਨੇ ਇਹਨੂੰ ਫੋਨ ਫੜਾਇਆ ਮੈਂ ਕਿਹਾ ਯਾਰ ਆ ਜਿਹੜੇ ਇੱਥੇ ਖੜ੍ਹੇ ਆ ਨਾ ਤੇਰੇ ਆਲੇ ਦੁਆਲੇ 'ਚ ਫਿਰਦੇ ਆ ਇਹਨਾਂ 'ਚੋਂ ਪੰਜਾਂ ਛਿਆਂ ਦਾ ਮੈਂ ਫੁੱਫੜ ਲੱਗਦਾ ਅਤੇ ਇਹਨਾਂ ਨਾਲ ਨਾ ਭਾਈ ਫੋਟੋਆਂ ਖਿਚਾ ਲਾ ਜੱਫੀ ਪਾ ਲਾ ਨਹੀਂ ਇਹਨਾਂ ਨੇ ਮੈਨੂੰ ਬਹੁਤ ਬਾਅਦ ਤੰਗ ਕਰਨਾ ਇਹ ਕਹਿੰਦਾ ਫੋਨ ਔਨ ਰੱਖੀ ਇਹਨੇ ਉੱਥੇ ਲਾਉਣ ਦਿੱਤਾ ਕਹਿੰਦਾ ਵੀ ਆਹ ਸ਼ਮਸ਼ੇਰ ਸੰਧੂ ਤੇ ਜਿਹੜੇ ਜਿਹਨਾਂ ਜਿਹਨਾਂ ਦਾ ਸ਼ਮਸ਼ੇਰ ਸੰਧੂ ਫੁੱਫੜ ਲੱਗਦਾ ਨਾ ਆ ਜਾਓ ਬਾਹਰ ਨੂੰ ਆ ਜਾਓ ਮੇਰੇ ਆ ਜਾਓ ਨੇੜੇ ਆ ਜਾਓ ਨੇੜੇ ਆ ਜਾਓ ਲੈ ਵਾਰੀ ਵਾਰੀ ਉੱਡ ਸੱਜੇ ਖੱਬੇ ਖੜ੍ਹ ਜਾਓ ਦਵਾ ਦਵਾ ਨਿਬੇੜ ਲਓ ਉਦੋਂ ਬਾਅਦ ਮੈਂ ਸਟੇਜ 'ਤੇ ਜਾਣਾ ਉਹ ਮੁੰਡੇ ਇੱਦਾਂ ਖੁਸ਼ ਬਾਅਦ 'ਚ ਵੀ ਫੁੱਫੜ ਜੀ ਜਿਹੜੀ ਅਸੀਂ ਫੋਟੋ ਖਿਚਾਤੀ ਤੁਸੀਂ ਸਾਡੇ ਨਾਲ ਫਲਾਨਾ ਧਮਕਾ ਇੱਦਾਂ ਦੇ ਬਹੁਤ ਸ਼ੁਗਲ ਚੱਲਦੇ ਰਹੇ ਇੱਕ ਹੋਰ ਬਹੁਤ ਹੀ ਵਧੀਆ ਸ਼ੁਗਲ ਸੀ ਉਹ ਸੁਣਾਵਾਂ ਹਾਂਜੀ ਹਾਂਜੀ ਦਾਰਾ ਸਟੂਡੀਓ 'ਚ ਸੀ ਪ੍ਰੋਗਰਾਮ ਇਹਦਾ ਜੀ ਸੁਭਾਅ ਹੁੰਦਾ ਸੀ ਸਾਨੂੰ ਨਾ ਐਂ ਜਦੋਂ ਕਿਤੇ ਸਮਾਗਮ ਆ ਜਾਂਦੇ ਲੈ ਜਾਣਾ ਅਤੇ ਬਾਅਦ ਸਾਨੂੰ ਵਿੱਚ ਸਟੇਜ 'ਤੇ ਵੀ ਸੱਦ ਲੈਣਾ ਅੱਛਾ ਹੁਣ ਸਟੇਜ 'ਤੇ ਵਿਆਹ ਦਾ ਕੀ ਮਾਹੌਲ ਆ ਅਗਲਿਆਂ ਨੇ ਰੋਮਾਂਟਿਕ ਗੀਤ ਸੁਣਨੇ ਆ ਜਾਂ ਨੱਚਣ ਟੱਪਣ ਵਾਲੇ ਉਹਦੇ ਵਿੱਚ ਹੀ ਸਾਨੂੰ ਕਹਿ ਦੇਣਾ ਵੀ ਤੂੰ ਪੇਕੇ ਹੁੰਦੇ ਮਾਵਾਂ ਨਾਲ ਸੁਣਾ ਦੇ ਮੈਂ ਸੁਣਾ ਵੀ ਦਿੰਦਾ ਸੀ ਚਲੋ ਉਹ ਲੋਕ ਸੁਣ ਲੈਂਦੇ ਹੋਣੇ ਆ ਚਾਹੇ ਬੱਧੇ ਰੱਦੇ ਸੁਣਦੇ ਹੋਣ ਜਾਂ ਜਿਹੜੇ ਇੱਕ ਘਟਨਾ ਨਹੀਂ ਭੁੱਲਦੀ ਕਮਾਲ ਦੀ ਘਟਨਾ ਉਹ ਹੈ ਵੀ ਜਦੋਂ ਅਜੇ ਸਟੇਜ 'ਤੇ ਚੜ੍ਹਨਾ ਸੀ ਅਜੇ ਤਾਂ ਸਾਜ਼ ਬਾਜ਼ ਜਿਹਾ ਚੱਲ ਰਿਹਾ ਮਿਊਜ਼ਿਕ ਚੱਲ ਰਿਹਾ ਅਤੇ ਅਸੀਂ ਉਹ ਪਿਛਲੇ ਪਾਸੇ ਉਹਦੇ 'ਚ ਕਨਾਥ ਜੀ 'ਚ ਬੈਠੇ ਹਾਂ ਅਤੇ ਉੱਥੇ ਸਿਕਿਉਰਿਟੀ ਵਾਲੇ ਖੜ੍ਹੇ ਕੋਈ ਨੇੜੇ ਨਹੀਂ ਲੱਗ ਰਿਹਾ ਅਤੇ ਉਹ ਨਾ ਇੱਕ ਬੰਦਾ ਚੰਗਾ ਬਣਦਾ ਫਫਦਾ ਜਿਹਾ ਅਤੇ ਨਾਲ ਉਹਦਾ ਮੁੰਡਾ ਉਹ ਖੜ੍ਹੇ ਅਤੇ ਉਹ ਮਤਲਬ ਸਾਨੂੰ ਦਿਸ ਰਿਹਾ ਸੀ ਵੀ ਉਹ ਇਹਨੂੰ ਦੇਖ ਰਹੇ ਆ ਬਾਬੂ ਮਾਨ ਵੱਲ ਅਤੇ ਉਹਨਾਂ ਨੇ ਮੈਨੂੰ ਐਂ ਇਸ਼ਾਰਾ ਕੀਤਾ ਮੈਂ ਚਲਿਆ ਗਿਆ ਉਹ ਕਹਿੰਦੇ ਜੀ ਵੀ ਆ ਮੁੰਡੇ 'ਤੇ ਮੇਰਾ ਬੇਟਾ ਇਹਦੇ ਨਾਲ ਇਹਦੇ ਸਿਰ 'ਤੇ ਹੱਥ ਫੇਰ ਦਿਓ ਨਾਲ ਇਹਦੇ ਨਾਲ ਫੋਟੋ ਖਿਚਾਉਣੀ ਆ ਅਤੇ ਮੈਂ ਉਹਦੇ ਨਾਲ ਫੋਟੋ ਖਿਚਾ ਲਈ ਜੀ ਉਹਦੇ ਸਿਰ 'ਤੇ ਹੱਥ ਫੇਰਤਾ ਫਿਰ ਉਹ ਕਹਿੰਦਾ ਮੈਂ ਵੀ ਖਿਚਾਉਣੀ ਆ ਉਹਨੇ ਵੀ ਖਿਚਾ ਲਈ ਅਤੇ ਚਲੋ ਜੀ ਮੈਂ ਉਹਨਾਂ ਨੂੰ ਫੋਟੋ ਖਿਚਾ ਕੇ ਅਤੇ ਵਾਪਸ ਆ ਗਿਆ ਦੋ ਤਿੰਨ ਮਿੰਟ ਬਾਅਦ ਹੀ ਉਹਨਾਂ ਨੇ ਫਿਰ ਮੈਨੂੰ ਐਂ ਇਸ਼ਾਰਾ ਕੀਤਾ ਵੀ ਆਇਓ ਮੈਂ ਫਿਰ ਉੱਠ ਕੇ ਚਲਿਆ ਗਿਆ ਅਤੇ ਉਹ ਮੈਨੂੰ ਕਹਿੰਦੇ ਜੀ ਵੀ ਸਾਡੀ ਬੱਬੂ ਮਾਨ ਨਾਲ ਫੋਟੋ ਅਸੀਂ ਖਿਚਾਉਣੀ ਆ ਮੈਂ ਕਿਹਾ ਯਾਰ ਇੱਕ ਤਾਂ ਹੁਣ ਉਹਨੂੰ ਸਟੇਜ 'ਤੇ ਜਾਣ ਦੀ ਕਾਹਲੀ ਆ ਇੱਕ ਪਹਿਲਾਂ ਕਈ ਖਿਚਾ ਚੁੱਕੇ ਆ ਅਤੇ ਹੁਣ ਕਾਹਲੀ ਦੇ ਵਿੱਚ ਅਤੇ ਦੂਜਾ ਉਹਦਾ ਯਾਰ ਇੰਨਾ ਸੁਭਾਅ ਜਿਹਾ ਨਹੀਂ ਹੈ ਇਸ ਤਰ੍ਹਾਂ ਦਾ ਅਤੇ ਉਹ ਸਤੀ ਜੀ ਉਹ ਜਿਹੜਾ ਖੜ੍ਹਾ ਸੀ ਨਾ ਬੰਦਾ ਹੈ ਉਹ ਮੈਨੂੰ ਨਾ ਮੂੰਹ ਜਿਹਾ ਵਿਗਾੜ ਕੇ ਅਤੇ ਬਣਾ ਸਵਾਰ ਕੇ ਮੈਨੂੰ ਕਹਿੰਦਾ ਇਸੇ ਕਰਕੇ ਤਾਂ ਜੀ ਅਸੀਂ ਤੁਹਾਡੇ ਨਾਲ ਫੋਟੋ ਖਿਚਾਈ ਸੀਗੀ ਅਤੇ ਬੱਬੂ ਨਾਲ ਸਾਡੀ ਫੋਟੋ ਕਰਾ ਦਿਓਗੇ ਲੋਕ ਵੀ ਇਹ ਨਾ ਕਈ ਵਾਰ ਇੱਦਾਂ ਅਜੀਬ ਜਿਹੀ ਗੱਲ ਕਰ ਮੈਂ ਫਿਰ ਬਸ ਉਹਦੀ ਇੰਨੀ ਗੱਲ ਸੁਣੀ ਮੈਂ ਜਾ ਕੇ ਕਹਿਤਾ ਮੈਂ ਕਿਹਾ ਵੀ ਸਟੇਜ 'ਤੇ ਜੋ ਮਰਜ਼ੀ 9 ਮਿੰਟ ਹੋ ਜਾਣ ਬੱਬੂ ਉਹਨਾਂ ਨਾਲ ਤਾਂ ਹੁਣ ਫੋਟੋ ਤੈਨੂੰ ਕਰਾਉਣੀ ਪੈਣੀ ਹੈ ਪਹਿਲਾਂ ਵੀ ਉਹ ਮੇਰੇ ਨਾਲ ਤਾਂ ਉਹਨੇ ਕਰਾਈ ਇਸ ਕਰਕੇ ਵੀ ਮੈਂ ਤੇਰੀ ਫੋਟੋ ਕਰਵਾ ਦੂੰਗਾ ਹੁਣ ਪਹਿਲਾਂ ਉਹਨਾਂ ਨਾਲ ਕਰਵਾ ਉਹ ਕਹਿੰਦਾ ਸੱਦ ਲਾ ਫਿਰ ਅੰਦਰ ਹੀ ਸੱਦ ਲਾ ਯਾਰ ਉਹਨਾਂ ਫਿਰ ਉਹਨਾਂ ਦੀ ਕਰਵਾਈ ਭਾਈ ਦੋਹਾਂ ਦੀ ਪਿਓ ਪੁੱਤ ਦੀਆਂ ਫੋਟੋਆਂ ਦੇਖ ਲਓ ਕਈ ਵਾਰ ਇੱਦਾਂ ਦੀਆਂ ਚੀਜ਼ਾਂ ਹੋ ਜਾਂਦੀਆਂ ਜਿਵੇਂ ਨਾ ਭੱਲਾ ਅੰਕਲ ਹੈ ਨਾ ਉਹ ਆਉਂਦੇ ਆ ਜਦੋਂ ਉਹ ਗੱਲਾਂ ਬਾਤਾਂ ਕਰਦੇ ਹੁੰਦੇ ਹੈ ਨਾ ਇਹ ਜਿਹੀਆਂ ਕਿ ਅੱਜ ਕੱਲ੍ਹ ਦੇ ਜਿਹੜੇ ਫੈਨਸ ਵੀ ਹੈਗੇ ਆ ਕਹਿ ਲਓ ਕਿ ਉਹ ਵੀ ਅਜੀਬ ਤਰੀਕੇ ਦੀਆਂ ਗੱਲਾਂ ਕਰਦੇ ਆ ਕਈ ਵਾਰ ਜੇ ਤਾਂ ਮਤਲਬ ਕਿ ਫੋਟੋ ਹੱਸ ਕੇ ਖਿਚਵਾ ਲਓ ਤਾਂ ਠੀਕ ਹੈ ਜੇ ਨਹੀਂ ਖਿਚਵਾਈ ਹੈਗੀ ਹੈ ਤਾਂ ਮਤਲਬ ਕਿ ਕਮੈਂਟ ਇਹੋ ਜਿਹਾ ਮਾਰ ਜਾਣਾ ਕਿ ਨਾਲ ਦੇ ਬੰਦੇ ਦੀ ਰੂਹੇ ਸਾੜ ਜਾਂਦੇ ਆ ਹੋਰ ਯਾਦ ਆਉਂਦਾ ਫਿਰ ਹੁਣ ਜਦੋਂ ਉਹ ਕੀ ਕਹਿੰਦੇ ਫਲੈਸ਼ ਬੈਕ 'ਚ ਚਲੇ ਜਾਈਦਾ ਨਾ ਜੀ ਆਪਣਾ ਹਰਜੀਤ ਨਾਗਰਾ ਦੀ ਅਤੇ ਬੱਬੂ ਮਾਨ ਦੀ ਬਹੁਤ ਦੋਸਤੀ ਸੀ ਸੀ ਜੀ ਕਹਿਣਾ ਪੈਂਦਾ ਕਿਉਂਕਿ ਵਿੱਚ ਤਰੇੜਾਂ ਪੈ ਗਈਆਂ ਥੋੜ੍ਹਾ ਜਿਹਾ ਕੁਝ ਹੋ ਗਏ ਜੀ ਜਦੋਂ ਇਹਨਾਂ ਨੇ ਪੁਆਇੰਟ ਜ਼ੀਰੋ ਸ਼ੁਰੂ ਕੀਤੀ ਤਾਂ ਇੱਕ ਹਰਜੀਤ ਨਾਗਰਾ ਅਤੇ ਬੱਬੂ ਮਾਨ ਨੇ ਇੱਕ ਹੋਰ ਫੈਸਲਾ ਲਿਆ ਵੀ ਅਸੀਂ ਕੈਸਟਾਂ ਵੀ ਕੱਢਣੀਆਂ ਸੀਡੀਆਂ ਵੀ ਕੱਢਣੀਆਂ ਅਸੀਂ ਨਾਲ ਕਿਤਾਬਾਂ ਵੀ ਛਾਪਣੀਆਂ ਸਾਹਿਤਕ ਕਿਤਾਬਾਂ ਛਾਪਣੀਆਂ ਸੀ
ਤੇ ਉਹਦੇ 'ਚ ਮੈਂ ਉਦੋਂ ਇਨਕਲਾਬੀ ਕਵੀ ਪਾਸ਼ ਬਾਰੇ ਖਰੜਾ ਤਿਆਰ ਕਰ ਰਿਹਾ ਸੀ। ਸੋ ਇਹਨਾਂ ਨੇ ਫੈਸਲਾ ਲੈ ਲਿਆ, ਉਹ ਹਰ ਕਿ ਪਹਿਲਾਂ ਲੋਕ ਗੀਤ ਪ੍ਰਕਾਸ਼ਨ ਨੇ ਛਾਪਣੀ ਸੀਗੀ, ਇਹ ਕਹਿੰਦੇ ਨਾ ਇਹ ਤਾਂ ਕਿਤਾਬ ਸਾਡੇ ਛਪੂਗੀ। ਮਤਲਬ ਉਹ ਜਿਹੜੀ ਕਿਤਾਬ ਦਾ ਨਾਂ ਸੀ ਇੱਕ ਪਾਸ਼, ਇਹ ਵੀ ਉਹ ਕਿਤਾਬ ਆਪਣਾ ਇਹਨਾਂ ਨੇ ਇਹਨਾਂ ਦੀ ਖਰਚਾ, ਨਹੀਂ ਤਾਂ ਲੇਖਕ ਲੋਕ ਤਾਂ ਪੈਸੇ ਦੇ ਕੇ ਕਿਤਾਬਾਂ 'ਚ ਪਾਉਂਦੇ ਆ, ਉਹ ਪੁਆਇੰਟ ਜੀਰੋ ਦੇ ਖਾਤੇ 'ਚ ਹੀ ਪਾਸ਼ ਵਾਲੀ ਮੇਰੀ ਕਿਤਾਬ ਇਹਨਾਂ ਨੇ ਨਾਗਰਾਜ ਅਤੇ ਬੱਬੂ ਜੀ ਨੇ ਛਾਪੀ ਸੀਗੀ। ਅਤੇ ਉਸ ਤੋਂ ਬਾਅਦ ਕੁਦਰਤੀ ਇਹ ਹੋਇਆ ਵੀ ਉਹ ਇੱਕ ਕਿਤਾਬ ਹੀ ਇਕਲੌਤੀ ਹੋਈ ਰਹਿ ਗਈ ਪੁਆਇੰਟ ਜੀਰੋ ਦੇ ਬੈਨਰ ਥੱਲੇ, ਅਤੇ ਕੰਪਨੀ ਬੰਦ ਹੋ ਗਈ। ਫਿਰ ਹੋਰ ਗੱਲਾਂ ਚੇਤੇ ਆਉਂਦੀਆਂ, ਜਦੋਂ ਕੋਈ ਵੇਲਾ ਸੀ ਇਹ ਰੰਮੀ ਦੇ ਨਾਂ 'ਤੇ ਇੱਕ ਮੇਲਾ ਹਰਜੀਤ ਹੁਣੀ ਕਰਾਉਂਦੇ ਹੁੰਦੇ ਸੀਗੇ, ਉਹਦੇ 'ਚ ਹਰਭਜਨ ਮਾਨ ਹੋਣੀ, ਭਗਵੰਤ ਮਾਨ ਹੋਣੀ, ਸਾਰੇ ਬੜੇ ਇਕੱਠੇ ਕਲਾਕਾਰ ਬਹੁਤ ਆਉਂਦੇ ਹੁੰਦੇ ਸੀ ਉਹਦੇ 'ਚ, ਸਤਵਿੰਦਰ ਬੁੱਗਾ, ਬੱਬੂ ਮਾਨ ਨੇ ਤਾਉਣੇ ਹੁੰਦੇ ਸੀ। ਇਹਦੀ ਇੱਕ ਦੁਕਾਨ ਹੁੰਦੀ ਸੀਗੀ ਹਰਜੀਤ ਨਾਗਰਾ ਦੀ, ਖਮਾਣੋ ਕੈਟਰਿੰਗ ਦੀ, ਅਤੇ ਉੱਥੇ ਬੈਠਿਆ। ਹੁਣ ਇਹਨਾਂ ਨੂੰ ਹੁੰਦਾ ਵੀ ਜਿਵੇਂ ਯਾਰਾਂ ਦੋਸਤਾਂ ਨੂੰ ਹੁੰਦਾ ਵੀ ਸਾਡਾ ਸਾਡਾ ਬੰਦਾ ਕਲਾਕਾਰ ਬਣੇ, ਕਲਾਕਾਰ ਬਣੇ। ਉਹ ਸਟਰਗਲ ਪੀਰੀਅਡ ਚੱਲ ਰਿਹਾ ਸੀ ਵੀ ਬਣੇ ਕਿਵੇਂ ਬਣੇ, ਚਰਨਜੀਤ ਊਜਾ ਦਾ ਮਿਊਜ਼ਿਕ ਲਈਏ, ਕੋਹਦਾ ਲਈਏ, ਸਬੱਬ ਨਹੀਂ ਹੋ ਰਹੇ ਬਣ ਰਹੇ ਤਾਂ। ਅਤੇ ਉਹਦੇ 'ਚ ਵੀ ਇਸ ਤਰ੍ਹਾਂ ਦੀ ਜਿਹੜੀ ਗੱਲਾਂ 'ਚ ਇੱਕ ਉਦਾਹਰਨ ਦੱਸਦਾ ਮੈਂ ਵੀ ਹਰਜੀਤ ਨਾਗਰੇ ਦੀ ਬੁੱਕਲ ਦੇ ਵਿੱਚ ਸਿਰ ਸੱਟ ਕੇ ਆਏ ਪਿਆਰ ਨਾਲ ਜਿਵੇਂ ਯਾਰ ਦੋਸਤ ਲਾਡੀਆਂ ਕਰਦੇ ਆ, ਅਤੇ ਸਿਰ ਸੱਟ ਕੇ ਬੱਬੂ ਮਾਨ ਪਿਆਰ, ਅਤੇ ਉਹ ਕਹਿ ਰਿਹਾ ਜੀਤੇ ਜੀਤੇ ਤੂੰ ਇੱਕ ਦਿਨ ਐਸਾ ਆਊਗਾ ਲੋਕ ਤੈਨੂੰ ਆ ਕੇ ਕਿਹਾ ਕਰਨਗੇ ਵੀ ਬੱਬੂ ਮਾਨ ਦੇ ਰੇਟ 'ਚ ਯਾਰ 1 ਲੱਖ ਤਾਂ ਘੱਟ ਕਰਾ ਦੇ। ਹੁਣ ਉਦੋਂ ਗੱਲ ਐਂ ਜੀ ਲੱਗਦੀ ਹੈ ਵਿਖਦੀਆਂ ਨੇ, ਪਰ ਮੁੜ ਕੇ ਨੌਬਤ ਆਈ, ਬੱਬੂ ਮਾਨ ਬਹੁਤ ਵੱਡਾ ਸਿੰਗਰ, ਸਟਾਰ ਸਿੰਗਰ ਸਾਬਤ ਹੋ ਗਿਆ, ਅਜੇ ਤੱਕ ਵੀ ਉਹਦੀ ਸਟਾਰਟਅਪ ਬਹੁਤ। ਬਿਲਕੁਲ ਬਿਲਕੁਲ। ਅਤੇ ਉਹ ਫਿਰ ਮਤਲਬ ਆਈਏ ਇਹ ਨੌਬਤ ਆਈ ਜੀ, ਮਤਲਬ ਕਿ ਉਹਨਾਂ ਨੇ ਜੋ ਉਸ ਟਾਈਮ ਸੋਚਿਆ ਅਤੇ ਉਹ ਮੁਕਾਮ ਹਾਸਿਲ ਵੀ ਕੀਤਾ ਹੈ ਨਾ, ਉਹ ਚੀਜ਼ਾਂ ਸਾਰੀਆਂ ਅਚੀਵ ਕੀਤੀਆਂ। ਅਤੇ ਸਭ ਤੋਂ ਵੱਡੀ ਗੱਲ ਕਿ ਉਹਨਾਂ ਟਾਈਮਾਂ ਦੇ ਵਿੱਚ ਫਿਰ ਉਹੀ ਦੋਸਤ ਉਹਨਾਂ ਨੂੰ ਮੈਨੇਜ ਵੀ ਕਰ ਰਿਹਾ ਸੀ, ਕਹਿਣ ਦਾ ਮਤਲਬ ਉਹੀ ਕੰਪਨੀ ਵੀ ਦੇਖ ਰਿਹਾ ਸੀ, ਉਹੀ ਕਿਸੇ ਹੱਦ ਤੱਕ ਬੱਬੂ ਮਾਨ ਨੂੰ ਸਾਰਾ ਮੈਨੇਜ ਵੀ ਕਰ ਰਿਹਾ ਸੀ। ਹਾਂ, ਡਾਕਟਰ ਰਾਮ ਹੁੰਦਾ ਸੀ ਇਹਨਾਂ ਦੀ ਟੀਮ 'ਚ, ਲੱਕੀ ਢੀਂਡਸਾ, ਡਾਕਟਰ ਰਾਮ, ਹਰਜੀਤ ਨਾਗਰਾ, ਮਨੀਸ਼ ਹੁਣੀ ਸੀਗੇ, ਕੁਛ ਹੋਰ ਸੱਜਣ ਵੇਲੀ ਵੀ ਸੀਗੇ। ਇੱਦਾਂ ਮਤਲਬ ਇਹ ਇੱਕ ਟੀਮ ਆਪਣੇ 'ਚ, ਮੈਨੂੰ ਵੀ ਬਹੁਤ ਉਦੋਂ ਸਬੱਬ ਬਣਦਾ ਹੁੰਦਾ ਸੀਗਾ, ਕੋਈ ਇੱਕ ਐਸਾ ਸਮਾਂ ਆਇਆ ਬਈ ਹਫ਼ਤੇ ਵਿੱਚ 3-3, 4-4 ਦਿਨ ਅਸੀਂ ਜਾਂ ਇਕੱਠੇ ਬਹਿੰਦੇ ਸੀ ਜਾਂ ਇਕੱਠੇ ਤੁਰੇ ਫਿਰਦੇ। ਅਤੇ ਔਫਿਸ ਦੇ ਵਿੱਚ ਬੈਠਿਆਂ ਦੀ ਕੋਈ ਜਿਵੇਂ 10 ਵਜੇ ਜਦੋਂ ਇਹਨਾਂ ਦਾ ਔਫਿਸ ਹੁੰਦਾ ਸੀਗਾ, ਉਦੋਂ ਦੀ ਕੋਈ ਯਾਦ ਗੱਲਬਾਤ ਜਦੋਂ ਪੁਆਇੰਟ ਜ਼ੀਰੋ ਦੇ ਔਫਿਸ ਦੇ ਵਿੱਚ ਬੈਠੇ ਕਿਸੇ ਆਰਟਿਸਟ ਨੂੰ ਮਤਲਬ ਕਿ ਜਦੋਂ ਲਾਂਚ ਕਰਨ ਆਇਆ ਕੁਛ, ਸੋ ਉਦੋਂ ਕਦੇ ਕੋਈ ਰਾਏ ਹੁੰਦੀ ਹੋਵੇ, ਕੋਈ ਵਿਚਾਰ ਸਾਂਝੇ ਐਸੇ ਜਿਹੜੇ ਕਰਨੇ ਚਾਹੁੰਦੇ ਹੋ ਤੁਸੀਂ? ਉਹਦੇ ਨਾਲ ਨਾਲ ਜਦੋਂ ਇਹ ਫਿਲਮਾਂ ਵੀ ਬਣਾਉਂਦਾ ਸੀ, ਹਾਂਜੀ, ਉੱਥੇ ਹੀ ਉਦੋਂ ਜਿਹੜਾ ਉਹ ਸੁਖਵੰਤ ਢੱਡਾ, ਹਾਂਜੀ, ਉਹ ਇਹਨਾਂ ਦੀ ਟੀਮ 'ਚ ਸ਼ਾਮਿਲ ਹੋ ਗਿਆ ਸੀਗਾ, ਅਤੇ ਮਾਸਟਰ ਤਰਲੋਚਨ ਸਮਰਾਲੇ ਵਾਲਾ ਪਿੱਛੇ ਜਿਹੇ ਉਹਨਾਂ ਦੀ ਡੈਥ ਹੋ ਗਈ। ਹਾਂ, ਇਹ ਸਾਡੇ ਸਾਹਮਣੇ ਬੈਠ ਕੇ ਹੀ ਸੀਨ ਲਿਖਦੇ ਹੁੰਦੇ ਸੀਗੇ, ਡਾਇਲਾਗ ਲਿਖਦੇ ਹੁੰਦੇ ਸੀ, ਫਿਰ ਛੋਟੀ ਮੋਟੀ ਪ੍ਰੈਕਟਿਸ ਵੀ ਕਰ ਲੈਂਦੇ ਸੀ। ਉਹ ਅਸੀਂ ਇੱਦਾਂ ਦੇ ਬਹੁਤ ਦੇਖਦੇ ਰਹੇ, ਵਿੱਚ ਹੀ ਕੋਈ ਪ੍ਰੋਗਰਾਮ ਬੁੱਕ ਕਰਨ ਵਾਲੇ ਆ ਜਾਂਦੇ ਹੁੰਦੇ ਸੀਗੇ, ਅਤੇ ਵਿੱਚ ਹੀ ਕਈ ਫੈਨ ਫੋਟੋਆਂ ਖਿਚਾਉਣ ਵਾਲੇ ਆ ਜਾਂਦੇ ਸੀਗੇ, ਉੱਥੇ ਤਰ੍ਹਾਂ ਤਰ੍ਹਾਂ ਦਾ ਮੇਲਾ ਜਿਹਾ ਹੀ ਲੱਗਿਆ ਰਹਿੰਦਾ ਸੀ। ਮੈਨੂੰ ਯਾਦ ਹੈ ਕਿ 10 ਫੇਜ਼ ਦੇ ਜਿਹੜੇ ਔਫਿਸ ਦੀ ਬੈਕ ਸਾਈਡ ਦੇ ਉੱਪਰ ਇਹ ਸੈਰ ਕਰ ਲੈਂਦੇ ਹੁੰਦੇ ਸੀ, ਹੈ ਨਾ, ਅਤੇ ਉੱਥੇ ਵੀ ਫੈਨ ਪਿੱਛੇ ਖੜੀ ਰਹਿੰਦੇ ਸੀਗੇ ਉਸ ਟਾਈਮ। ਹਾਂ, ਇਹ ਤਾਂ ਇਹ ਮਤਲਬ ਇਹ ਜਿਹੜਾ ਕਰੇਜ਼ ਹੈ ਇਹਦਾ ਅਜੇ ਵੀ ਹੈਗਾ, ਅਜੇ ਵੀ ਉਸੇ ਤਰ੍ਹਾਂ ਬਰਕਰਾਰ ਆ ਇਹ, ਇਵੇਂ ਦੇਖਦਾ ਰਿਹਾ। ਇੱਕ ਹੋਰ ਘਟਨਾ ਮੈਨੂੰ ਬੜੀ ਪਿਆਰੀ ਚੇਤੇ ਆਈ, ਉਹ ਸੀ ਜਦੋਂ ਇਹਦੀ ਧਾਰਮਿਕ ਕੈਸਟ ਜਿਹੜੀ ਸੀ, ਜਿਹਦੇ ਵਿੱਚ ਇੱਕ ਗੀਤ ਬਹੁਤ ਚਰਚਿਤ ਹੋ ਗਿਆ ਸੀਗਾ, ਬਾਬਾ ਨਾਨਕ। ਹਾਂ, ਇੱਕ ਬਾਬਾ ਨਾਨਕ ਸੀ ਜਿਹਨੇ ਤੁਰ ਕੇ ਦੁਨੀਆ ਗਾਤੀ। ਉਹ ਇੱਕ ਹੋਇਆ ਵੀ ਉਹ ਗੀਤ ਫੈਲ ਗਿਆ, ਰਿਲੀਜ਼ ਹੋ ਗਿਆ, ਉਸ ਟਾਈਮ ਮਤਲਬ ਕਿ ਲੀਕ ਹੋ ਗਿਆ ਸੀ, ਲੀਕ ਹੋ ਗਿਆ ਕਹਿ ਲਓ। ਹਾਂ, ਉਹਦੇ ਵਿੱਚ ਉਦੋਂ ਕੁਝ ਇਹ ਪਤਾ ਲੱਗਿਆ, ਸਮਝ ਨਾ ਆਵੇ ਕੀ ਹੋਇਆ ਅਤੇ ਕਿਵੇਂ ਹੋਇਆ, ਕਿਉਂਕਿ ਜਦੋਂ ਫਿਰ ਇਹਦੀ ਕੈਸਟ ਆਈ ਉਹਦੇ ਵਿੱਚ ਤਾਂ ਲਾਈਨ ਬਦਲਤੀ ਸੀ, ਕੋਈ ਸ਼ਬਦ ਹੀ ਬਦਲੇ। ਉਹ ਜਿਹੜਾ ਲੀਕ ਹੋਇਆ ਨਾ, ਉਹ ਲੀਕ ਹੋਇਆ ਪ੍ਰੋਪਰ ਮਿਕਸਿੰਗ ਨਹੀਂ ਸੀ ਆਵਾਜ਼ ਦਾ, ਅਤੇ ਸੰਗੀਤ ਕਿਤੇ ਕਿਤੇ ਹਿਲਦੇ ਸੀਗੇ, ਉਹ ਤੋਂ ਵੀ ਪਤਾ ਲੱਗ ਗਿਆ। ਹਾਂ, ਉਹ ਕਰਦਿਆਂ ਕਰਾਉਂਦਿਆਂ ਕੁਛ ਆਏ ਜੇ ਪਤਾ ਲੱਗਿਆ ਵੀ ਉਦੋਂ ਜਿਹੜਾ ਸਟੂਡੀਓ ਵੀ ਲਾਇਆ ਹੋਇਆ ਸੀਗਾ,
उस अपना शोरूम च ਉਹਦੇ ਵਿੱਚ ਜਿਹੜਾ ਰਿਕਾਰਡਿਸਟ ਸੀ ਉਹ ਰਿਕਾਰਡਿਸਟ ਦਾ ਮੁੰਡਾ ਕੰਮ ਸਿੱਖਦਾ ਸੀ ਉਦੋਂ ਐਂ ਜੇ ਸੁਣਨ 'ਚ ਆਇਆ ਵੀ ਉਹ ਮੁੰਡੇ ਨੇ ਗਾਂ ਆਪਦੀ ਕਿਤੇ ਸਹੇਲੀ ਨੂੰ ਕਹਿਤਾ ਵੀ ਬਈ ਤੂੰ ਜਿਹਦੇ ਨਾਲ ਵਿਆਹ ਕਰਾ ਰਹੀ ਆ ਉਹ ਤਾਂ ਪਤਾ ਤੈਨੂੰ ਬੱਬੂ ਮਾਨ ਦੇ ਗੀਤ ਹੁਣ ਸੁਣਾ ਸਕਦਾ ਜਿਹੜੇ ਜੇ ਪਤਾ ਨਹੀਂ ਦੋ ਮਹੀਨਿਆਂ ਨੂੰ ਆਉਣ ਕਿ ਚੌਂ ਮਹੀਨਿਆਂ ਨੂੰ ਆਉਣ ਉਹਨੇ ਕਿਤੇ ਆਪਦੀ ਟੌਹਰ ਬਣਾਉਣ ਲਈ ਸਹੇਲੀ ਨੂੰ ਸੁਣਾ ਤਾ ਸਹੇਲੀ ਨੇ ਗਾਂ ਕਹਿੰਦੀ ਸਹੇਲੀ ਨੂੰ ਸੁਣਾ ਤਾ ਚਰਚਾ ਛੱਡੀ ਨਾ ਮੈਨੂੰ ਵੀ ਯਾਦ ਆ ਗਿਆ ਕਿਉਂਕਿ ਨਾ ਉਸ ਟਾਈਮ ਮੈਂ ਵੀ ਪੜ੍ਹਦਾ ਹੁੰਦਾ ਸੀਗਾ ਅਤੇ ਡੈਡੀ ਕਿਉਂਕਿ ਇਹਨਾਂ ਨਾਲ ਵੀਡੀਓਜ਼ ਕਰਦੇ ਸੀਗੇ ਹੈ ਨਾ ਪਿੰਡ ਪਹਿਰਾ ਲੱਗਦਾ ਦੀ ਵੀਡੀਓ ਇਹਨਾਂ ਦੀ ਕੀਤੀ ਫਿਰ ਉੱਚੀਆਂ ਇਮਾਰਤਾਂ ਅਤੇ ਇੱਕ ਬਾਬਾ ਨਾਨਕ ਸੀ ਇਹਦਾ ਅਤੇ ਇੱਕ ਦੂਸਰਾ ਗਾਣਾ ਸੀਗਾ ਹੋਰ ਸਿੰਘ ਮਾਰਦੇ ਠੋਕਰ ਤਖ਼ਤਾ ਤਾਜਾ ਨੂੰ ਹੈ ਨਾ ਇਹਨਾਂ ਦੋਵਾਂ ਦੇ ਵੀਡੀਓਜ਼ ਡੈਡੀ ਕੋਲ ਆਏ ਸੀਗੇ ਉਹਨਾਂ ਟਾਈਮ ਹੈ ਨਾ ਅਤੇ ਮਾਸਟਰ ਜਿਹੜੀ ਸੀ ਡੀ ਸੀਗੀ ਇਹਨਾਂ ਨੇ ਉਹ ਦਿੱਤੀ ਅਤੇ ਉਸ ਤੋਂ ਬਾਅਦ ਗਾਣਾ ਜਿਵੇਂ ਆਪਾਂ ਗੱਲ ਕੀਤੀ ਹੈ ਨਾ ਲੀਕ ਹੋ ਗਿਆ ਅਤੇ ਫਿਰ ਨਾਗਰਾ ਜੀ ਨੇ ਬੁਲਾਇਆ ਅਤੇ ਸ਼ਾਇਦ ਬੱਬੂ ਮਾਨ ਜੀ ਨੇ ਕਿਹਾ ਹੈ ਨਾ ਕਿ ਗਾਣਾ ਕਿਵੇਂ ਲੀਕ ਹੋ ਗਿਆ ਕੁਛ ਵੀ ਹੁਣ ਮਾਸਟਰ ਤਾਂ ਕਿਸੇ ਕਿਸੇ ਕੋਲ ਹੁੰਦਾ ਸੀਗਾ ਜਾਂ ਅਨਮਿਕਸ ਟਰੈਕ ਸੀਗਾ ਜਾਂ ਵੀਡੀਓ ਵਾਲੇ ਕੋਲ ਹੋਊਗਾ ਜਾਂ ਫਿਰ ਸਟੂਡੀਓ ਦੇ ਵਿੱਚ ਇਹ ਹੁੰਦਾ ਹੈ ਨਾ ਤਾਂ ਉਦੋਂ ਮੈਨੂੰ ਯਾਦ ਹੈ ਕਿ ਉਹ ਨਾਗਰਾ ਜੀ ਨੇ ਫਿਰ ਇਹ ਗੱਲ ਕਹੀ ਸੀ ਕਿ ਜੱਸੀ ਭਾਅ ਜੀ ਦੇਖਿਓ ਕਿ ਸ਼ਾਇਦ ਸੱਤੀ ਨੇ ਤਾਂ ਨਹੀਂ ਕਿਸੇ ਨੇ ਸੁਣਾ ਦਿੱਤਾ ਕਿ ਸਾਡਾ ਗਾਣਾ ਜਿਹੜਾ ਹੈਗਾ ਉਹ ਇੱਦਾਂ ਲੀਕ ਹੋ ਗਿਆ ਜਾਂ ਕੁਛ ਵੀ ਫਿਰ ਬਾਅਦ ਦੇ ਵਿੱਚ ਇਹ ਗੱਲ ਕਲੀਅਰ ਹੋਈ ਸੀਗੀ ਕਿ ਸਟੂਡੀਓ ਦੇ ਵਿੱਚੋਂ ਹੀ ਉਹ ਗਾਣਾ ਲੀਕ ਹੋ ਗਿਆ ਸੀ ਹਾਂ ਇਹ ਤਾਂ ਫਿਰ ਇਹ ਘਟਨਾ ਮੇਰੇ ਨਾਲ ਵੀ ਵਾਪਰੀ ਅਸੀਂ ਇੱਥੋਂ ਗਏ ਸੀ ਹਰਜੀਤ ਹਰਮਨ ਨੂੰ ਮਿਲਣ ਹਾਂਜੀ ਬੱਬੂ ਮਾਨ ਆਪਦੀ ਕਾਰ 'ਚ ਸੀਗਾ ਅਤੇ ਮੇਰੇ ਵਾਲੀ ਕਾਰ ਦੇ ਵਿੱਚ ਹਰਜੀਤ ਨਾਗਰਾ ਮੈਂ ਅਤੇ ਬਲਵੀਰ ਮੇਰਾ ਸਾਥੀ ਉਹ ਅਸੀਂ ਸਾਰੇ ਰਾਹ ਕੈਸਟ ਪੂਰੀ ਦੀ ਪੂਰੀ ਜੀ ਮਤਲਬ ਉਹ ਕਈ ਵਾਰ ਸੁਣੀ ਅਤੇ ਸੁਣਨ ਤੋਂ ਬਾਅਦ ਉਹ ਸੀ ਡੀ ਕੱਢੀ ਅਤੇ ਹਰਜੀਤ ਨਾਗਰੇ ਦੇ ਬੈਗ ਵਿੱਚ ਚਲੀ ਗਈ ਅਤੇ ਉਹ ਉਦੋਂ ਆਏ ਜਦੋਂ ਫਿਰ ਹੁੰਦਾ ਇਹ ਜੀ ਘਟਨਾ ਵਾਪਰਦੀ ਆ ਹਰੇਕ 'ਤੇ ਸ਼ੱਕ ਚਲੇ ਸ਼ੱਕ ਚਲੇ ਜਾਂਦਾ ਅਤੇ ਉਹ ਜਦੋਂ ਐਂ ਲੀਕ ਹੋਇਆ ਅਤੇ ਨਾਗਰਾ ਜੀ ਨੇ ਮੈਨੂੰ ਪੁੱਛਿਆ ਵੀ ਕਿਤੇ ਉਹ ਕੈਸਟ ਆਪਣੀ ਉਦੋਂ ਸੀ ਡੀ ਜਿਹੜੀ ਆ ਕਿਤੇ ਗੱਡੀ 'ਚ ਤਾਂ ਨਹੀਂ ਸੀ ਰਹਿ ਗਈ ਅਤੇ ਮੈਂ ਕਿਹਾ ਨਹੀਂ ਉਹ ਤਾਂ ਆਪਾਂ ਸੁਣੀ ਤੂੰ ਜਿਹੜੇ ਬੈਗ 'ਚੋਂ ਕੱਢੀ ਸੀ ਉਸੇ ਬੈਗ 'ਚ ਤਾਂ ਉਹ ਦੁਬਾਰਾ ਪਾਤੀ ਸੀ ਜਦੋਂ ਆਪਾਂ ਗੱਡੀ ਰੋਕੀ ਆ ਅਤੇ ਉਹਦਾ ਕੀ ਹੋਣਾ ਸੀਗਾ ਐਂ ਕਰਦਿਆਂ ਕਰੋ ਦੇ ਵਿੱਚੋਂ ਆਹ ਵਿਚਲੀ ਗੱਲ ਤਾਂ ਫਿਰ ਆਹ ਨਿਕਲੀ ਸੀਗੀ ਅਸੀਂ ਅਤੇ ਬਾਅਦ ਦੇ ਵਿੱਚ ਇਹ ਗੱਲ ਕਾਫੀ ਦੇਰ ਸਸਪੈਂਸ ਬਣਿਆ ਰਿਹਾ ਉਸ ਚੀਜ਼ ਦਾ ਕਾਫੀ ਦੇਰ ਇਹਨਾਂ ਦੀ ਕੰਪਨੀ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਬੜਾ ਚਰਚਾ ਰਹੀ ਹੈ ਕਿ ਗਾਣਾ ਲੀਕ ਕਿਵੇਂ ਹੋ ਗਿਆ ਕਿਉਂਕਿ ਗਾਣਾ ਲੀਕ ਹੋਣਾ ਵੀ ਬਹੁਤ ਵੱਡੀ ਗੱਲ ਸੀ ਉਸ ਟਾਈਮ ਅੱਜ ਕੱਲ੍ਹ ਤਾਂ ਆਮ ਆਰਟਿਸਟ ਜਿਹੜੇ ਹੈਗੇ ਆ ਯੂਟਿਊਬ ਦੇ ਉੱਪਰ ਗਾਣਾ ਆਪਣੇ ਆਪ ਹੀ ਪਵਾ ਕੇ ਕਈ ਵਾਰ ਕਹਿ ਦਿੰਦੇ ਕਿ ਲੀਕ ਹੋ ਗਿਆ ਗਾਣਾ ਲੀਕ ਹੋ ਗਿਆ ਅਤੇ ਉਦੋਂ ਤਾਂ ਜਿਹੜਾ ਹੈਗਾ ਯੂਟਿਊਬ ਵਾਲਾ ਜ਼ਮਾਨਾ ਹੀ ਨਹੀਂ ਸੀਗਾ ਆ ਸੀਡੀਜ਼ ਹੁੰਦੀਆਂ ਸੀਗੀਆਂ ਪਤਾ ਲੱਗਦਾ ਸੀਗਾ ਕਿ ਕੋਈ ਰਿਕਾਰਡ ਕਰਵਾ ਕੇ ਹੀ ਲੈ ਗਿਆ ਕੈਸਟਾਂ ਵਾਲੀ ਦੁਕਾਨ ਤੋਂ ਅਤੇ ਆਪਣੇ ਟਰੈਕਟਰ ਅਤੇ ਵਜਾਉਂਦਾ ਸੋ ਇੱਦਾਂ ਬਹੁਤ ਖੱਟ ਮਿੱਠੀਆਂ ਖੱਟੀਆਂ ਮਿੱਠੀਆਂ ਘਟਨਾਵਾਂ ਵਾਪਰਦੀਆਂ ਨੇ ਇੱਕ ਵਾਰ ਉੱਥੇ ਬੈਠੇ ਸੀ ਇਹਦੇ ਪਿੰਡ ਜਿਹੜਾ ਜਿੱਥੇ ਸਟੂਡੀਓ ਲਾਇਆ ਹੋਇਆ ਨੇ ਖੰਡ ਹਾਂਜੀ ਹਾਂਜੀ ਅਤੇ ਉਦੋਂ ਜੋ ਹਨੀ ਸਿੰਘ ਬੜਾ ਰੜਕਦਾ ਸੀ ਲੋਕਾਂ ਨੂੰ ਪਸੰਦ ਉਹਨੂੰ ਪਸੰਦ ਕਰਨ ਵਾਲੇ ਵੀ ਲੱਖਾਂ ਕਰੋੜਾਂ ਉਹਨੂੰ ਨਾ ਪਸੰਦ ਕਰਨ ਵਾਲੇ ਵੀ ਲੱਖਾਂ ਕਰੋੜਾਂ ਅਤੇ ਉੱਥੇ ਜਿਹੜੇ ਬੈਠੇ ਸੀਗੇ ਅਤੇ ਬਈ ਇਹ ਯਾਰ ਕੀ ਹੋਇਆ ਐਂ ਹੋਇਆ ਜਿਹਾ ਹੋਇਆ ਮੈਨੂੰ ਯਾਦ ਉੱਥੇ ਰਾਜ ਬਰਾੜ ਵੀ ਬੈਠਾ ਸੀ ਅੱਛਾ ਜੀ ਅਤੇ ਉਹ ਕਹਿੰਦੇ ਵੀ ਉੱਥੇ ਇਹ ਗੱਲ ਉੱਠੀ ਵੀ ਰਾਜ ਬਰਾੜ ਇਸ ਸਜ਼ਾ ਦਾ ਹੱਕਦਾਰ ਆ ਇਹ ਸਭ ਤੋਂ ਪਹਿਲਾਂ ਨਾ ਜਿਹੜਾ ਜੋ ਹਨੀ ਸਿੰਘ ਨੂੰ ਰਾਜ ਬਰਾੜ ਨੇ ਐਂਟਰੀ ਕਰਵਾਈ ਆ ਉਹਦੀ ਉਹ ਤਾਂ ਬਹੁਤ ਗੀਤ ਚੱਲ ਗਿਆ ਸੀ ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ ਉਹ ਜੋ ਹਨੀ ਸਿੰਘ ਦਾ ਪੂਰੀ ਐਲਬਮ ਸੀ ਰੀਬਰਥ ਉਹ ਐਲਬਮ ਵੀ ਕਾਫੀ ਚੱਲੀ ਸੀਗੀ ਬਟ ਉਹ ਗਾਣਾ ਬਹੁਤ ਜ਼ਿਆਦਾ ਚੱਲਿਆ ਸੀਗਾ ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ ਉਂਝ ਸਮਝਿਆ ਇਹੀ ਜਾਂਦਾ ਵੀ ਰਾਜ ਬਰਾੜ ਤੋਂ ਐਂਟਰੀ ਕਰਾਈ ਜੀ ਐਂਟਰੀ ਕਰਾਈ ਜੀ ਪਹਿਲੀ ਉਹਦੀ ਗੱਲ ਸੀਗੀ ਪਰ ਹੁਣ ਮੈਂ ਕੀ ਕਰਾਂ ਮੈਨੂੰ ਮੇਰੇ ਕੋਲ ਇਹਦਾ ਦੀਆਂ ਜਾਣਕਾਰੀਆਂ ਜਿਹੜੀਆਂ ਆ ਜਾਂਦੀਆਂ ਇੱਕ ਰੈਵੋਲਿਊਸ਼ਨ ਵੀ ਲੈ ਕੇ ਆਉਂਦਾ ਸੀਗਾ ਉਸ ਟਾਈਮ ਹਨੀ ਸਿੰਘ ਨੇ ਰੈਪ ਦੇ ਨਾਲ ਆਪਣਾ ਇੱਕ ਇੱਥੇ ਸੀ ਮੁੰਡੇ ਦੋ ਭਰਾ ਹਾਂਜੀ ਉਹਨਾਂ ਨੂੰ ਬੋਪਾਸ ਬ੍ਰਦਰਸ ਉਹਨਾਂ ਨੇ ਆਪਦਾ ਬੈਨਰ ਰੱਖਿਆ ਸੀ ਬੋਪਾਸ BOPAZ ਅਤੇ ਉਹਨਾਂ ਦਾ ਇੱਕ ਮਿੱਤਰ ਸੀ ਉਹ ਗਾਂ ਮੇਰਾ ਮਿੱਤਰ ਸੀਗਾ ਗੁਲੇਰੀਆ ਉਹ ਗਲੇਰੀਆ ਮੇਰੇ ਕੋਲ ਸੁਣਾਉਣ ਆਇਆ ਵੀ ਆਹ ਭਾਅ ਜੀ ਕੈਸਟ ਸੁਣੋ ਨਾਲ ਇੱਕ ਵੀਡੀਓ ਵੀ ਖੇਤਾਂ ਜਾਂਦੇ ਖੇਤਾਂ ਦੇ ਵਿੱਚ ਨਾ ਆ ਕੈਸੀਓ ਰੱਖਿਆ ਹੋਇਆ ਸਿਮ ਦੇਸੀ ਜੀ ਵੀਡੀਓ ਬਣਾਈ ਹੋਈ ਉਹ ਜਿਹੜੇ ਗੀਤ ਜੇ ਸੁਣਾਏ ਠੀਕ ਠਾਕ ਸੀ ਦਰਮਿਆਨੇ ਜੇ ਗੀਤ ਅਤੇ ਮਿਊਜ਼ਿਕ ਵੀ ਉਹਦੇ ਅਤੇ ਮੈਂ ਉਹਨਾਂ ਨੂੰ ਪੁੱਛ ਲਿਆ ਵੀ ਇਹ ਮਿਊਜ਼ਿਕ ਕਿਹਦਾ ਉਹ ਕਹਿੰਦੇ ਜੀ ਇੰਗਲੈਂਡ ਰਹਿੰਦਾ ਅੱਛਾ ਜੀ ਹਾਂ ਹਨੀ ਸਿੰਘ ਆ ਉਹ
ਉਦੋਂ ਅਜੇ ਮੂਹਰੇ ਜੋ ਜੋ ਨਹੀਂ ਸੀ ਲੱਗਿਆ, ਇਕੱਲਾ ਹਨੀ ਅਜੇ ਹਨੀ ਸਿੰਘ ਆ, ਅਤੇ ਮੈਂ ਕਿਹਾ ਇਹ ਕੌਣ ਆ? ਅਤੇ ਉਹ ਬਾਅਦ 'ਚ ਉਦੋਂ ਦੇਖੋ ਮੈਂ ਕਹਿ ਰਿਹਾ ਇਹ ਕੌਣ ਆ, ਉਹੀ ਹਨੀ ਸਿੰਘ ਮੁੜ ਕੇ ਕਿੱਡੀ ਵੱਡੀ ਤੋਪ ਬਣ ਗਿਆ, ਪੂਰੀ ਦੁਨੀਆ ਦੇ ਵਿੱਚ ਫਿਲਮਾਂ ਵਾਲਿਆਂ ਨੇ ਉਹਨੂੰ ਲਿਆ। ਮਤਲਬ ਸਭ ਤੋਂ ਪਹਿਲਾਂ ਜਿਹੜਾ ਹਨੀ ਸਿੰਘ ਨੇ ਮਿਊਜ਼ਿਕ ਦਿੱਤਾ, ਕਿਉਂਕਿ ਹਨੀ ਸਿੰਘ ਜਦੋਂ ਮਿਲਿਆ ਮੈਂ ਉਹਨੂੰ ਕਿਹਾ ਵੀ ਮੈਂ ਕਿਹਾ ਬੋਪਾਸ ਬ੍ਰਦਰਸ ਵਾਲੀ ਵੀ ਮੈਂ ਤੇਰੀ ਕੈਸਟ ਸੁਣੀ ਸੀ, ਅਤੇ ਉਹ ਕਹਿੰਦਾ ਉਹ ਮੇਰਾ ਸਭ ਤੋਂ ਪਹਿਲਾ ਯਤਨ ਸੀ ਜਿਹੜਾ ਮੈਂ ਪੈਸਾ ਧੇਲਾ ਮੈਨੂੰ ਮੁਫ਼ਤ ਕੀਤਾ ਸੀ, ਮੈਨੂੰ ਮੌਕਾ ਮਿਲਿਆ ਜੀ। ਉਸ ਤੋਂ ਪਹਿਲਾਂ ਵੀ ਮਤਲਬ ਕਿ ਗਾਣੇ ਤਾਂ ਆ ਚੁੱਕੇ ਸੀ ਠੇਕਿਆਂ 'ਤੇ, ਨਿੱਤ ਖੜਕੇ ਗਲਾਸੀ ਨਿੱਤ ਤੇਰੇ ਨਾਂ 'ਤੇ, ਅਸ਼ੋਕ ਮਸਤੀ ਦੀ ਆਵਾਜ਼ 'ਚ ਉਹ ਵੀ ਹਨੀ ਸਿੰਘ ਨੇ ਹੈ ਨਾ ਕੀਤਾ, ਉਹ ਕਾਫ਼ੀ ਜ਼ਿਆਦਾ ਚੱਲਿਆ ਸੀਗਾ। ਉਸ ਤੋਂ ਬਾਅਦ ਫਿਰ ਜਿਹੜਾ ਚੰਡੀਗੜ੍ਹ ਦੇ ਨਜ਼ਾਰੇ ਨੇ ਪੱਟਿਆਂ ਨੇ ਤਾਂ ਫਿਰ ਆਤੀ ਕਰਵਾ ਤੀ, ਇੱਕ ਬਿਲ ਸਿੰਘ ਭਾਜੀ ਦੀ ਆਵਾਜ਼ 'ਚ ਵੀ ਆਏ ਸੀ ਫਿਰ ਗਾਣੇ, ਪੇਸ਼ੀ ਆ ਹੋਰ ਕਾਫ਼ੀ ਗਾਣੇ ਜਿਹੜੇ ਹੈਗੇ ਉਹਨਾਂ ਨੇ ਉਹਨਾਂ ਦੀ ਆਵਾਜ਼ 'ਚ ਵੀ ਕੀਤੇ, ਬਟ ਜਿਹੜਾ ਜਿਹੜਾ ਜ਼ਿਆਦਾ ਚੱਲਿਆ ਫਿਰ ਉਹ ਰਾਜ ਬਰਾੜ ਜੀ ਤੋਂ ਚੱਲਿਆ। ਹਾਂ ਹੈ ਨਾ। ਸੋ ਹੋਰ ਕੁਛ ਗੱਲਾਂ ਬਾਤਾਂ ਜਿਹੜੀਆਂ ਮਤਲਬ ਪਹਿਲਾਂ ਹੀ ਸਭ ਤੋਂ ਪਹਿਲੇ ਜਿਹੜੀ ਜਿਹੜੀ ਪਹਿਲਾਂ ਦੱਸਣੀ ਚਾਹੀਦੀ ਸੀ ਮੈਂ ਹੁਣ ਦੱਸ ਰਿਹਾ। ਹਾਂਜੀ। ਜਦੋਂ ਸਾਡਾ ਤਾਜ਼ਾ ਤਾਜ਼ਾ ਵਾਹ ਪਿਆ ਨਾ, ਹਾਂਜੀ, ਕਦੇ ਇੱਧਰ ਕਦੇ ਉੱਧਰੋਂ, ਕਦੇ ਸਵੇਰੇ ਬੈਠੇ ਕਦੇ ਦੁਪਹਿਰੇ, ਅਤੇ ਬੱਬੂ ਮਾਨ ਨੇ ਇਹਨਾਂ ਸਾਂਝੇ ਦੋਸਤਾਂ ਕੋਲ ਕਿਹਾ, ਹਰਜੀਤ ਨਾਗਰਾ ਕੋਲ, ਜਗਤਾਰ ਬੌਂਦਲੀ ਕੋਲ, ਵੀ ਯਾਰ ਇਹਦੇ ਨਾਲ ਹੱਸਾਂ ਤੋਂ ਨਾ ਉੱਠ ਬੈਠ ਕੇ ਜੇ ਦੇਖਿਆ ਤਾਂ ਮੇਰਾ ਬੜਾ ਭੁਲੇਖਾ ਦੂਰ ਹੋਇਆ, ਮੈਨੂੰ ਲੱਗਦਾ ਸੀ ਬੜਾ ਆਕੜ ਜੀ ਵਾਲਾ ਬੰਦਾ ਜਾਂ ਮਜਾਜ ਜੇ ਵਾਲਾ ਬੰਦਾ ਅਤੇ ਹੋਵੇਂ ਜੀ ਵਾਲਾ, ਪਰ ਮੈਨੂੰ ਇਹਦੇ ਨਾਲ ਗੱਲਾਂ ਬਾਤਾਂ ਕਰਕੇ ਉੱਠ ਬੈਠ ਕੇ ਲੱਗਿਆ ਵੀ ਬੰਦਾ ਤਾਂ ਸਧਾਰਨ ਜਿਹਾ ਹੀ ਆ ਅਤੇ ਸਿੰਪਲ ਆ, ਕੋਈ ਹੈ ਨਹੀਂ ਇੱਦਾਂ ਦੀ ਗੱਲ। ਅਤੇ ਉਹਨੇ ਉਹਨੇ ਕੋਲ ਕਹੀ, ਉਹ ਜਦੋਂ ਆਏ ਅਸੀਂ ਇੱਧਰ ਬੈਠੇ ਸੀ ਬੱਬੂ ਮਾਨ ਦੀ ਗੈਰ ਹਾਜ਼ਰੀ 'ਚ, ਅਤੇ ਮੈਂ ਇਹਨਾਂ ਨੂੰ ਕਹਿ ਬੈਠਾ, ਮੈਂ ਕਿਹਾ ਯਾਰ ਬੱਬੂ ਮਾਨ ਬਾਰੇ ਬੜੇ ਗੱਲਾਂ ਸੁਣੀਆਂ ਸੀਗੀਆਂ, ਬੜਾ ਅੜਬਾ, ਬੜਾ ਖੁਸ਼ਕ ਆ, ਊਈਂ ਇਹ ਤਾਂ ਮਤਲਬ ਬੰਦੇ ਨੂੰ ਬੰਦਾ ਨਹੀਂ ਸਮਝਦਾ, ਅਤੇ ਆਹ ਵਿਚਰ ਕੇ ਜੇ ਦੇਖਿਆ ਬੰਦਾ ਤਾਂ ਸਧਾਰਨ ਆ, ਕੋਈ ਏਡੀ ਆਕੜ ਉੱਕੜ ਨਹੀਂ ਲੱਗੀ, ਲਿਟਰੇਰੀ ਟੇਸਟ ਦਾ ਬੰਦਾ ਯਾਰ, ਪਿਆਰਾ ਲੱਗਿਆ ਮੈਨੂੰ। ਉਹ ਹੱਸ ਪਏ, ਮੇਰੀ ਗੱਲ ਸੁਣ ਕੇ ਹੱਸ ਪਏ, ਮੈਂ ਕਿਹਾ ਹੱਸੇ ਕਿਉਂ? ਕਹਿੰਦੇ ਉਹ ਵੀ ਆਹੀ ਗੱਲ ਕਹਿੰਦਾ ਸੀ ਤੇਰੇ ਬਾਰੇ। ਇਹੀ ਗੱਲ ਹੈ ਨਾ, ਜਦੋਂ ਤੱਕ ਤੁਸੀਂ ਕਿਸੇ ਨਾਲ ਮਿਲਦੇ ਨਹੀਂ, ਵਰਤਦੇ ਨਹੀਂ ਹੈਗੇ, ਉਦੋਂ ਤੱਕ ਤੁਹਾਨੂੰ ਕਿਸੇ ਬੰਦੇ ਬਾਰੇ ਪਤਾ ਨਹੀਂ ਲੱਗਦਾ, ਦੂਰ ਤੋਂ ਦੇਖ ਕੇ ਤੁਹਾਨੂੰ ਇਹੀ ਲੱਗੀ ਜਾਂਦਾ ਕਿ ਮਤਲਬ ਕਿ ਪਤਾ ਨਹੀਂ ਬੰਦਾ ਕਿਹੋ ਜਿਹਾ ਹੋਊਗਾ, ਉਹਦਾ ਸੁਭਾਅ ਕਿਹੋ ਜਿਹਾ ਹੋਊਗਾ, ਬਟ ਜਦੋਂ ਤੁਸੀਂ ਵਰਤਦੇ ਹੋ ਉਹਦੇ ਨਾਲ ਮਿਲਦੇ ਹੋ ਫਿਰ ਉਦੋਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਪਤਾ ਲੱਗਦੀਆਂ ਨੇ। ਪਰ ਆਹ ਜਿਹੜਾ ਹੋ ਗਿਆ ਜਿਹਨੂੰ ਕਹੀਏ ਬਈ ਪਤਾ ਨਹੀਂ ਕੀ ਕੀ ਹਾਲਾਤ ਹੋਏ ਜਾਂ ਕਿਵੇਂ, ਜੋ ਰੱਬ ਨੂੰ ਮਨਜ਼ੂਰ ਸੀਗਾ, ਅਤੇ ਜਿਵੇਂ ਮੈਂ ਪਹਿਲਾਂ ਦੱਸਿਆ ਬਹੁਤ ਥਾਵਾਂ 'ਤੇ ਇਹੀ ਮਤਲਬ ਐਂ ਸਮਝਿਆ ਜਾਂਦਾ ਬਈ ਬੱਬੂ ਮਾਨ ਅਤੇ ਸ਼ਮਸ਼ੇਰ ਸੰਧੂ ਬਹੁਤ ਦੋਸਤ ਆ। ਸੋ ਮੈਂ ਉਹਨਾਂ ਨੂੰ ਪਿਆਰ ਨਾ ਹਾਸੇ ਨਾਲ ਕਹਿੰਦਾ, ਮੈਂ ਕਿਹਾ ਯਾਰ ਨਹੀਂ ਉਹ ਮੇਰੇ ਦੋਸਤ ਦਾ ਦੋਸਤ ਜੀ, ਅਤੇ ਕਿਉਂਕਿ ਇਕੱਲੇ ਇਕੱਲੇ ਨਹੀਂ ਅਸੀਂ ਮਿਲੇ ਜੀ, ਇੱਕ ਵਾਰ ਵੀ ਮੈਂ ਬੱਬੂ ਕੋਲ ਗਿਆ ਹੋਵਾਂ ਇਕੱਲੇ ਕੋਲ, ਇਕੱਲਾ ਜਾਂ ਬੱਬੂ ਮੇਰੇ ਕੋਲ ਆਇਆ ਹੋਵੇ, ਇੱਕ ਵੀ ਇੱਦਾਂ ਦੀ ਘਟਨਾ ਨਹੀਂ ਵਾਪਰੀ, ਅਸੀਂ ਜਦੋਂ ਵੀ ਮਿਲੇ ਹਾਂ ਅਤੇ ਦੋਸਤਾਂ ਦੇ ਨਾਲ ਹੀ ਮਿਲੇ ਹਾਂ, ਮਤਲਬ ਮੁੱਖ ਤੌਰ 'ਤੇ ਹਾਂਜੀ ਨਾਗਰੇ ਦੇ ਖਾਤੇ 'ਚ ਹੀ ਮੈਂ ਮਿਲਿਆ ਉਹਨੂੰ ਜਿੰਨੀ ਵਾਰ। ਸੰਧੂ ਸਾਹਿਬ ਗੱਲਾਂ ਤਾਂ ਬੜੀਆਂ ਵਧੀਆ ਚੱਲ ਰਹੀਆਂ ਨੇ ਅਤੇ ਮੈਂ ਉਮੀਦ ਕਰਦਾ ਕਿ ਜਿੰਨੇ ਵੀ ਸਾਡੇ ਦਰਸ਼ਕ ਦੇਖ ਰਹੇ ਹੋਣਗੇ ਨਾ ਉਹ ਪਸੰਦ ਵੀ ਜ਼ਰੂਰ ਕਰਦੇ ਹੋਣਗੇ, ਕਿਉਂਕਿ ਬੱਬੂ ਮਾਨ ਇੱਕ ਐਸਾ ਨਾਮ ਹੈ ਜਿਹਨੂੰ ਕਿ ਚਾਹੁਣ ਵਾਲੇ ਮਤਲਬ ਕਿ ਕੱਟੜ ਨੇ, ਉਹਨਾਂ ਬਾਰੇ ਨਵੀਆਂ ਨਵੀਆਂ ਜਾਣਕਾਰੀ ਜਿਹੜੀਆਂ ਉਹ ਜਾਣਨਾ ਚਾਹੁੰਦੇ ਨੇ, ਉਹਨਾਂ ਦੀਆਂ ਗੱਲਾਂ ਬਾਤਾਂ, ਕਿਉਂਕਿ ਉਹ ਆਪ ਵੀ ਇੰਟਰਵਿਊਜ਼ ਬਹੁਤ ਘੱਟ ਕਰਦੇ ਨੇ, ਹੈ ਨਾ। ਸੋ ਗੱਲਾਂ ਤਾਂ ਹੋਰ ਵੀ ਬਹੁਤ ਹੈਗੀਆਂ ਨੇ ਜਿਹੜੀਆਂ ਕਰਨ ਵਾਲੀਆਂ ਨੇ, ਪਰ ਮੈਂ ਕਿਉਂਕਿ ਟਾਈਮ ਨੂੰ ਦੇਖਦੇ ਹੋਏ ਇਹ ਗੱਲ ਕਹੂੰਗਾ, ਲਾਸਟ ਦੇ ਵਿੱਚ ਆਪਾਂ ਇੱਕ ਕਿੱਸਾ ਜਿਹੜਾ ਤੁਸੀਂ ਸੁਣਾਇਆ ਸੀਗਾ ਨਾ ਕਿ ਟੀਮ ਦੇ ਨਾਲ ਬੈਠ ਕੇ ਜਦੋਂ ਇੱਕ ਵਾਰ ਹਿਸਾਬ ਕਿਤਾਬ ਕਰ ਰਹੇ ਸੀਗੇ, ਉਹ ਕਿੱਸਾ ਜ਼ਰੂਰ ਸੁਣਾਓ। ਹਾਂ, ਇਹਦੇ 'ਚ ਸੁਭਾਅ 'ਚ ਵਿੱਟ ਅਤੇ ਹਿਊਮਰ ਵੀ ਹੈ ਬੱਬੂ ਦੇ ਸੁਭਾਅ ਦੇ ਵਿੱਚ ਜੀ, ਅਤੇ ਇਹਨੂੰ ਵੀ ਫਿਕਰਾ ਉੜਦਾ, ਗੱਲ ਛੱਡ ਲੈਂਦਾ, ਬਹੁਤੇ ਕਲਾਕਾਰਾਂ ਨੂੰ ਹੁੰਦਾ ਹੀ ਹੈ, ਜੇ ਕਲਾਕਾਰਾਂ ਨੂੰ ਨਹੀਂ ਗੱਲ ਛੱਡਣੀ ਆਊ ਤਾਂ ਫਿਰ ਕਿਹਨੂੰ ਆਊ, ਹੈ ਨਾ। ਉਹ ਇੱਦਾਂ ਸੀ ਬਈ ਉਹ ਵੀ ਜਿਹੜਾ ਇਹਨਾਂ ਦਾ ਉਹ ਕਿਰਾਏ ਦੀ ਕੋਠੀ 'ਚ ਰਹਿੰਦੇ ਹੁੰਦੇ ਸੀਗੇ, 51 ਨੰਬਰ ਕਹਿੰਦੇ ਹੁੰਦੇ ਸੀ ਸ਼ਾਇਦ ਉਹਨੂੰ, ਕਾਰਨਰ ਦੀ ਕੋਠੀ ਸੀਗੀ ਮੋਹਾਲੀ 'ਚ, ਤਿੰਨ ਫੇਸ, ਆਹ ਤਿੰਨ ਫੇਸ 'ਚ, ਅਤੇ ਉੱਥੇ ਦੀ ਇਹ ਉਹ ਹੋਇਆ ਵੀ ਇਹ ਹੁਣ ਦੇ ਤਾਂ ਇਹਦੇ ਰੇਟ ਬਹੁਤ ਹਾਈ ਫਾਈ ਸੁਣਨ 'ਚ ਆਉਂਦੇ ਆ ਜੀ, ਅਤੇ ਉਦੋਂ ਇਹ ਮਤਲਬ 6-7 ਲੱਖ 'ਚ ਜਾਂਦਾ ਹੁੰਦਾ ਸੀ, ਅਤੇ ਉਹ 6 ਕੁ ਲੱਖ 'ਚ ਜਿਹੜਾ ਪ੍ਰੋਗਰਾਮ ਕਰਕੇ ਆਇਆ ਉਹਦਾ ਕਿਤੇ ਡਾਕਟਰ ਰਾਮ ਹੋਣਾ ਤੋਂ ਅਤੇ ਉਹ ਸੱਜਣਾ ਸਾਥੀਆਂ ਤੋਂ ਆਪਦੇ ਬੇਲੀਆਂ ਤੋਂ ਹਿਸਾਬ ਕਿਤਾਬ ਜਿਹਾ ਹੋਣ ਲੱਗ ਗਿਆ ਵੀ ਕੀ ਖਰਚਾ ਹੋਇਆ ਕੀ ਹੋਇਆ, ਸਾਊਂਡ ਵਾਲੇ ਦੇ ਨੂੰ ਕਿੰਨਾ ਦਿੱਤਾ, ਹੈਂ ਸਜਿੰਦਿਆਂ ਦੇ ਕਿੰਨੇ ਆ, ਫਲਾਨਾ ਅਤੇ ਮਕਾਓ ਕਰਦਿਆਂ, ਅਤੇ ਉਹ ਫਿਰ ਉੱਥੇ ਜਦੋਂ ਖਰਚਾ ਸੁਣਾਇਆ ਰਾਮ ਹੋਣਾ ਨੇ ਵੀ ਇੱਕ ਤਾਂ ਜਿਹੜਾ ਆਪਣਾ ਆਹ ਸਿਟੀ ਕੇਬਲ ਵਾਲਿਆਂ ਦਾ
कई महीनों का एक बार तो कट्टन फिरते उन्हों का भरता एक राशन वह किन्ने महीनों तो अपना उतों राशन आई जाता वो राशन का आराम का सुभा है जी ना मतलब इदा कि करके तो भी राशन वाले का इन्ना हिसाब हो गया इन्ने वो पैसे उतारते फिर आ किराया से जोड़ा भी किराया भी भेजना से आप किराया भेजता वह कर करा के जी खर्चे की लिस्ट सी कहिंदा अच्छा अच्छा छे चो आ हो गया 50,000 आ हो गया लख आ हो गया 2,00,000 आ हो गया अच्छा इहदा मतलब आ भी प्रोग्राम मैं ये जिहड़ा कीता ये 1,50,000 च करके आया तो वह कहते हाँ जी हाँ जी वीर वह वीर कहिंदा हुंदा सी हाँ बब्बू वीर फिर हुण तां जिहड़े आह तो देने सी सारे उतारने से आपां ਇਹ ਕਹਿੰਦਾ ਕਹਿੰਦਾ ਵੀ ਜੇ ਇਸ ਹਿਸਾਬ ਨਾਲ ਖਰਚੇ ਚੱਲਦੇ ਰਹੇ ਨਾ ਤਾਂ ਮੈਨੂੰ ਲੱਗਦਾ ਵੀ ਇੱਕ ਦਿਨ ਮੇਰੇ ਵੀ ਗਿੱਟਿਆਂ ਨੂੰ ਘੁੰਗਰੂ ਬਣਾ ਕੇ ਮੈਨੂੰ ਛੱਡੋਗੇ ਸਟੇਜਾਂ 'ਤੇ ਇਹ ਗੱਲਾਂ ਦੇਖੋ ਇਹ ਨਾ ਕਿਸੇ ਨੂੰ ਨਹੀਂ ਪਤਾ ਹੈਗੀਆਂ ਨਾ ਆਰਟਿਸਟ ਮਤਲਬ ਕਿ ਹਰ ਮੌਕੇ ਨੂੰ ਹੀ ਸਾਂਭ ਲੈਂਦਾ ਹੈ ਨੇ ਅਤੇ ਉਹ ਮੌਕੇ 'ਤੇ ਜਿਹੜੀ ਗੱਲ ਔੜਦੀ ਹੈ ਕਈ ਵਾਰ ਉਹ ਮਤਲਬ ਕਿ ਇੱਕ ਵਧੀਆ ਕਿੱਸਾ ਬਣ ਜਾਂਦਾ ਕਿੱਸੇ ਦਾ ਰੂਪ ਲੈ ਲੈਂਦੀ ਉਹ ਸੋ ਚਲੋ ਬਹੁਤ ਵਧੀਆ ਲੱਗਿਆ ਸੰਧੂ ਸਾਹਿਬ ਗੱਲਾਂ ਬਾਤਾਂ ਕਰਦੇ ਟਾਈਮ ਵੀ ਕਿਵੇਂ ਨਿਕਲ ਗਿਆ ਇਹ ਵੀ ਨਹੀਂ ਪਤਾ ਲੱਗਿਆ ਅਤੇ ਐਪੀਸੋਡ ਵੀ ਮੈਨੂੰ ਲੱਗਦਾ ਇਹ ਕਿ ਹੋ ਗਿਆ 40-45 ਮਿੰਟ ਦੇ ਆਸ ਪਾਸ ਮੈਨੂੰ ਲੱਗਦਾ ਆਪਾਂ ਨੂੰ ਗੱਲਾਂ ਬਾਤਾਂ ਕਰਦੇ ਹੋਏ ਹੋ ਗਏ ਅਤੇ ਪਤਾ ਵੀ ਨਹੀਂ ਲੱਗਿਆ ਦੇਖ ਲਓ ਹੈ ਨਾ ਟਾਈਮ ਦਾ ਚਲੋ ਥੈਂਕ ਯੂ ਸੋ ਮੱਚ ਆਪਾਂ ਫਿਰ ਹੁਣ ਅਗਲੇ ਐਪੀਸੋਡ ਦੇ ਵਿੱਚ ਚੱਲਦੇ ਹਾਂ ਅਤੇ ਉਹਦੇ ਵਿੱਚ ਹੋਰ ਕਿਸੇ ਬਾਰੇ ਗੱਲਾਂ ਬਾਤਾਂ ਕਰਦੇ ਹਨ ਹੋਰ ਕੋਈ ਕਿੱਸੇ ਹੋਰ ਕਿਸੇ ਆਰਟਿਸਟ ਦੇ ਕਿੱਸੇ ਉਹ ਸ਼ੇਅਰ ਕਰਦੇ ਹਾਂ ਲਈਏ ਅੱਗੇ ਜੀ ਜ਼ਰੂਰ ਜ਼ਰੂਰ ਸੋ ਥੈਂਕ ਯੂ ਸੋ ਮੱਚ ਜੀ ਸੋ ਕਿਵੇਂ ਦਾ ਲੱਗਿਆ ਅੱਜ ਦਾ ਇਹ ਐਪੀਸੋਡ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਚੈਨਲ ਸੱਤ ਰੰਗ ਨੂੰ ਜਿਨ੍ਹਾਂ ਨੇ ਅੱਜ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਮਿਲਾਂਗੇ ਬਾਪੂ ਦੇ ਕਿਸੇ ਪੋਡਕਾਸਟ ਸੀਰੀਜ਼ ਦੇ ਵਿੱਚ ਅਗਲੇ ਐਪੀਸੋਡ ਦੇ ਵਿੱਚ ਦਿਓ ਆ ਗਿਆ ਧੰਨਵਾਦ